ਰਸੂਲਾਂ ਦੇ ਕਰਤੱਵ ਦਾ 4 ਨੰਬਰ ਅਧਿਆਇ ਮੇਰੇ ਨਾਲ ਖੋਲੀਏ ਜ਼ਰਾ। ਸਭ ਨੂੰ ਮਿਲ ਗਿਆ ਵਚਨ ਦਾ ਟੌਪਿਕ ਅੱਜ ਦਾ ਕਿ 7 ਤਰ੍ਹਾਂ ਦੇ ਲੋਕ ਆ ਜਿਨ੍ਹਾਂ ਨੂੰ ਨਰਕ ਦੇ ਵਿੱਚ ਜਾਣ ਤੋਂ ਕੋਈ ਬਚਾ ਨਹੀਂ ਸਕਦਾ, ਕੋਈ ਵੀ ਬਚਾ ਨਹੀਂ ਸਕਦਾ। 7 ਤਰ੍ਹਾਂ ਦੇ ਲੋਕ ਆ, ਇਸ ਤੋਂ ਜ਼ਿਆਦਾ ਵੀ ਹੋ ਸਕਦੇ ਆ, ਪਰ ਇਹ ਇਦਾਂ ਦੀਆਂ ਗੱਲਾਂ ਆ ਜਿਹੜੀਆਂ ਤੁਹਾਨੂੰ ਨਰਕ ਜਾਣ ਤੋਂ ਬਚਾ ਨਹੀਂ ਸਕਦੀਆਂ। ਤੇ ਤੁਸੀਂ ਤੇ ਮੈਂ ਅੱਜ ਸੁਣਨ ਦੇ ਦੌਰਾਨ ਆਪਣੀ ਜ਼ਿੰਦਗੀ ਦੇ ਉੱਪਰ ਗੌਰ ਕਰਨਾ ਕਿ ਇਹ ਗੱਲਾਂ ਮੇਰੀ ਜ਼ਿੰਦਗੀ ਚ ਨਾ ਹੋਣ, ਮੇਰੀ ਜ਼ਿੰਦਗੀ ਦੇ ਵਿੱਚ ਬੋਲਦੇ ਨਹੀਂ, ਸੋਹਣਾ ਨਹੀਂ ਹੈ, ਜਾਗਦੇ ਰਹਿਣਾ। ਤਾਂ ਜੇ ਤੁਸੀਂ ਸੱਤੇ ਗੱਲਾਂ ਸਿੱਖਣੀਆਂ ਚਾਹੁੰਦੇ ਹੋ, ਤਾਲਮੇਲ ਕਰਨਾ ਆਪਣੀ ਜ਼ਿੰਦਗੀ ਦੇ ਨਾਲ, ਜੋ ਸੁਣਨਾ ਹੈ ਤੇ ਤਾਲਮੇਲ ਕਰਨਾ ਕਿ ਉਹ ਮੇਰੇ ਜੀਵਨ ਦੇ ਵਿੱਚ ਇਹ ਗੱਲ ਨਾ ਹੋਵੇ। 7 ਤਰ੍ਹਾਂ ਦੇ ਲੋਕ ਆ ਜਿਹਨਾਂ ਨੂੰ ਨਰਕ ਦੇ ਵਿੱਚ ਜਾਣ ਤੋਂ ਕੋਈ ਬਚਾ ਨਹੀਂ ਸਕਦਾ। ਬਹੁਤੀ ਵਾਰ ਤੁਸੀਂ ਪੜ੍ਹਿਆ ਵੀ ਹੋਏਗਾ ਬਾਈਬਲ ਚ, ਅੱਜ ਥੋੜਾ ਧਿਆਨ ਦੇ ਨਾਲ ਆਪਾਂ ਪੜ੍ਹਨਾ ਰਸੂਲਾਂ ਦੇ ਕਰਤੱਵ ਉਹਦਾ 4 ਨੰਬਰ ਅਧਿਆਇ ਉਹਦਾ 12 ਨੰਬਰ ਪੰਕਤੀ ਨੂੰ ਮੈਂ ਪੜ੍ਹਦਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ, ਲਿਖਣ ਵਾਲੇ ਲਿਖ ਲੈਣ, ਆਪਣੀ ਡਾਇਰੀ ਦੇ ਉੱਪਰ ਨੋਟ ਕਰ ਲੈਣ ਤਾਂ ਜਾਣ ਵਾਲੇ ਸਮੇਂ ਦੇ ਵਿੱਚ ਵਚਨ ਉਹਨਾਂ ਦੀ ਮਦਦ ਕਰ ਸਕੇ। ਸਭ ਨੂੰ ਮਿਲ ਗਿਆ ਰਸੂਲਾਂ ਦੇ ਕਰਤੱਵ ਉਹਦਾ 4 ਨੰਬਰ ਅਧਿਆਇ ਔਰ ਉਹਦਾ 12 ਨੰਬਰ ਪੰਕਤੀ ਲਿਖਿਆ, ਕਿਸੇ ਦੂਏ ਤੋਂ ਮੁਕਤੀ, ਕਿਸੇ ਦੂਏ ਤੋਂ ਮੁਕਤੀ ਨਹੀਂ ਆ। ਤੁਸੀਂ ਤੇ ਮੈਂ ਕਾਹਦੇ ਲਈ ਆਏ ਆ? ਮੁਕਤੀ ਪਾਉਣ ਦੇ ਲਈ, ਕਿ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ? ਮਰਨ ਤੋਂ ਬਾਅਦ ਸਾਡਾ ਨਿਆਂ ਹੋਏਗਾ ਤੇ ਰਿਜ਼ਲਟ ਕੀ ਆ? ਸਵਰਗ ਜਾਵਾਂਗੇ ਕਿ ਨਰਕ ਜਾਵਾਂਗੇ? ਬਾਈਬਲ ਕਹਿੰਦਾ ਕਿਸੇ ਦੂਸਰੇ ਤੋਂ ਮੁਕਤੀ ਨਹੀਂ ਆ, ਕਿਉਂ ਜੋ ਕਹਿੰਦਾ ਆਕਾਸ਼ ਦੇ ਹੇਠਾਂ, ਕੀ ਤੁਹਾਡੇ ਬਾਈਬਲਾਂ ਚ ਵੀ ਤਾਂ ਲਿਖਿਆ ਕਹਿੰਦਾ ਆਕਾਸ਼ ਦੇ ਹੇਠਾਂ ਤੇ ਮਨੁੱਖਾਂ ਦੇ ਵਿੱਚ ਕੋਈ ਦੂਸਰਾ ਨਾਮ, ਕੋਈ ਦੂਸਰਾ ਨਾਮ ਜਿਸ ਤੋਂ ਅਸੀਂ ਬਚਾਏ ਜਾਣਾ। ਮਤਲਬ ਅਗਰ ਤੁਸੀਂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਨਹੀਂ ਕਰੋਗੇ, ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਨਹੀਂ ਕਰੋਗੇ ਤੇ ਤੁਹਾਡਾ ਬਚਣਾ ਮੁਸ਼ਕਿਲ ਆ ਨਰਕ ਦੀ ਅੱਗ ਤੋਂ। ਕਿੰਨੇ ਮੇਰੀ ਗੱਲ ਨੂੰ ਸਮਝ ਪਏ? ਅਗਰ ਤੁਸੀਂ ਯਿਸੂ ਮਸੀਹ ਦੀਆਂ ਗੱਲਾਂ ਨੂੰ ਮੰਨ ਨਹੀਂ ਰਹੇ ਆ, ਅਗਰ ਤੁਸੀਂ ਯਿਸੂ ਮਸੀਹ ਦੀਆਂ ਗੱਲਾਂ ਨੂੰ ਆਪਣੇ ਜੀਵਨ ਚ ਅਪਲਾਈ ਨਹੀਂ ਕਰ ਰਹੇ ਆ। ਯਿਸੂ ਮਸੀਹ ਨੇ ਆਖਿਆ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ ਤਾਂ ਜੋ ਧਰਤੀ ਦੇ ਉੱਪਰ ਤੇਰੇ ਦਿਨ ਲੰਬੇ ਹੋ, ਤੇਰੀ ਉਮਰ ਦੇ ਵਿੱਚ ਵਾਧਾ ਹੋਵੇ। ਕਹਿੰਦਾ ਨਸ਼ਾ ਕਰਨ ਵਾਲਾ ਵਿਅਕਤੀ ਸਵਰਗ ਦਾ ਅਧਿਕਾਰੀ ਨਹੀਂ ਹੋ ਸਕਦਾ। ਘਮੰਡੀ ਦਾ ਖੁਦਾ ਖੁਦ ਸਾਹਮਣਾ ਕਰਦਾ, ਕਿਸੇ ਗੱਲ ਚ ਘਮੰਡ ਨਹੀਂ। ਝੂਠ ਬੋਲਣ ਵਾਲਾ ਬੰਦਾ ਸਵਰਗ ਚ ਨਹੀਂ ਜਾ ਸਕਦਾ, ਡਰਨ ਵਾਲਾ ਬੰਦਾ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਇਹ ਯਿਸੂ ਮਸੀਹ ਦੀਆਂ ਗੱਲਾਂ ਔਰ ਇਹਨਾਂ ਨੂੰ ਤੁਸੀਂ ਤੇ ਮੈਂ ਮੰਨਣਾ ਆ, ਜਿਹੜੀਆਂ ਮੰਨਣ ਵਾਲੀਆਂ ਆ ਕਿ ਤੂੰ ਝੂਠ ਨਾ ਬੋਲ, ਮੰਨ ਲੈਣਾ ਕਿ ਹੁਣ ਮੈਂ ਝੂਠ ਨਹੀਂ ਬੋਲਣਾ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਕਹਿੰਦਾ ਕਿਸੇ ਦੂਸਰੇ ਤੋਂ ਮੁਕਤੀ, ਆਕਾਸ਼ ਦੇ ਹੇਠਾਂ ਤੇ ਮਨੁੱਖਾਂ ਦੇ ਵਿੱਚ ਧਰਤੀ ਦੇ ਉੱਪਰ ਕੋਈ ਦੂਸਰਾ ਨਾਮ ਹੈ ਨਹੀਂ ਆ ਜਿਸ ਤੋਂ ਉਧਾਰ ਆ, ਜਿਸ ਤੋਂ ਸਾਲਵੇਸ਼ਨ ਆ, ਜਿਸ ਤੋਂ ਮੁਕਤੀ ਆ, ਜਿਸ ਤੋਂ ਛੁਟਕਾਰਾ, ਕਿ ਅਸੀਂ ਮਰਾਂਗੇ। ਬਾਈਬਲ ਸਾਨੂੰ ਵਿਸ਼ਵਾਸ ਦਿਲਾਉਂਦਾ ਕਿ ਅਸੀਂ ਸਵਰਗ ਜਾਵਾਂਗੇ ਜੇ ਧਾਰਮਿਕਤਾ ਦਾ ਜੀਵਨ ਜੀਏ, ਜੇ ਇਮਾਨਦਾਰੀ ਦੇ ਨਾਲ ਜ਼ਿੰਦਗੀ ਨੂੰ ਜੀਏ।
ਜੇ ਵਫਾਦਾਰੀ ਦੇ ਨਾਲ ਯਿਸੂ ਮਸੀਹ ਦੀਆਂ ਗੱਲਾਂ ਨੂੰ ਮੰਨਣ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਬਿਤਾਇਆ ਆ ਤਾਂ ਅਸੀਂ ਸਵਰਗ ਦੇ ਵਿੱਚ ਜਾਵਾਂਗੇ। ਨਹੀਂ ਤਾਂ ਬਾਈਬਲ ਕੀ ਆਖਦਾ ਆ ਤੁਹਾਨੂੰ ਤੇ ਮੈਨੂੰ? ਕਹਿੰਦਾ ਫਿਰ ਕਹਿੰਦਾ ਕੋਈ ਦੂਸਰਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਂਦਾ। ਫਿਰ ਸਾਨੂੰ ਨਰਕ ਤੋਂ ਕੋਈ ਬਚਾ ਨਹੀਂ ਸਕਦਾ। ਕਿੰਨਿਆਂ ਨੂੰ ਗੱਲ ਸਮਝ ਆਈਦਾ? ਬੋਲੋ ਹਾਲੇਲੂਇਆ। ਮੈਂ ਆਪਣੇ ਬਾਰੇ ਤੁਹਾਨੂੰ ਦੱਸਦਾ, ਆਪਣੇ ਪਰਿਵਾਰ ਦੇ ਬਾਰੇ ਦੱਸਦਾ। ਜਦੋਂ ਯਿਸੂ ਮਸੀਹ ਦੇ ਬਾਰੇ ਪਤਾ ਸੀ ਬਚਪਨ ਤੋਂ ਹੀ, ਕ੍ਰਿਸਚਨ ਫੈਮਿਲੀ ਦੇ ਵਿੱਚ ਜਨਮ ਹੋਇਆ, ਪੂਰਾ ਪਰਿਵਾਰ ਕ੍ਰਿਸਚਨ ਸੀਗਾ, ਪਰ ਬਾਈਬਲ ਨੂੰ ਕਦੀ ਖੋਲ ਕੇ ਨਹੀਂ ਦੇਖਿਆ, ਬਾਈਬਲ ਨੂੰ ਕਦੀ ਪੜ੍ਹ ਕੇ ਨਹੀਂ ਦੇਖਿਆ, ਚਰਚ ਕਦੀ ਜਾ ਕੇ ਨਹੀਂ ਦੇਖਿਆ, ਆਤਮਿਕ ਸੰਗਤੀ ਕਦੀ ਕਰਕੇ ਨਹੀਂ ਦੇਖੀ। ਯਿਸੂ ਮਸੀਹ ਦੇ ਬਾਰੇ ਪਤਾ ਸੀਗਾ। ਕੱਲਾ ਇਹੋ ਹੀ ਨਹੀਂ ਪਤਾ ਹੋਣਾ ਚਾਹੀਦਾ ਕਿ ਯਿਸੂ ਮਸੀਹ ਖੁਦਾ ਹੈ, ਉਹਦੀਆਂ ਗੱਲਾਂ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਕਿ ਉਹ ਕੀ ਚਾਹੁੰਦਾ ਇੱਕ ਮਨੁੱਖ ਔਰ ਕੀ ਉਹ ਨਹੀਂ ਚਾਹੁੰਦਾ ਮਨੁੱਖ। ਕਿੰਨਿਆਂ ਨੂੰ ਸਮਝ ਆ ਰਿਹਾ? ਕਹਿੰਦਾ ਤੁਹਾਡਾ ਸਿਰ ਮੇਰੇ ਤੋਂ ਇਲਾਵਾ ਕਿਸੇ ਹੋਰ ਦੇ ਅੱਗੇ ਝੁਕਣਾ ਨਹੀਂ ਚਾਹੀਦਾ ਜੇ ਤੁਸੀਂ ਸਵਰਗ ਜਾਣਾ ਚਾਹੁੰਦੇ। ਕਹਿੰਦੇ ਦੂਸਰਾ ਰਾਹ ਹੀ ਹੈ ਨਹੀਂ। ਯਿਸੂ ਮਸੀਹ ਕਹਿੰਦੇ ਮੈਂ ਦਰਵਾਜ਼ਾ ਆ ਅੰਦਰ ਜਾਣ ਦੇ ਲਈ, ਸਵਰਗ ਦੇ ਵਿੱਚ ਐਂਟਰ ਕਰਨ ਦੇ ਲਈ। ਕਹਿੰਦੇ ਮੈਂ ਦਰਵਾਜ਼ਾ, ਮੇਰੇ ਤੋਂ ਬਿਨਾਂ ਕੋਈ ਅੰਦਰ ਜਾ। ਬਾਈਬਲ ਸਾਫ ਸ਼ਬਦਾਂ ਦੇ ਵਿੱਚ ਆਖਦਾ ਆ ਕਿ ਯਿਸੂ ਮਸੀਹ ਦੇ ਵਸੀਲੇ ਬਿਨਾਂ ਕੋਈ ਪਿਤਾ ਦੇ ਕੋਲ ਨਹੀਂ ਜਾ ਸਕਦਾ, ਸਵਰਗ ਨਹੀਂ ਜਾ ਸਕਦਾ। ਕਈ ਲੋਕ ਕਹਿੰਦੇ ਆ, ਤੁਸੀਂ ਵੀ ਸੁਣਿਆ ਹੋਏਗਾ, ਸਵਰਗ ਨਰਕ ਧਰਤੀ ਦੇ ਉੱਪਰ ਹੀ ਹੈ। ਤੁਸੀਂ ਵੀ ਸੁਣਿਆ ਹੋਏਗਾ, ਮੈਂ ਵੀ ਸੁਣਿਆ। ਕੋਈ ਅਗਰ ਦੁਖੀ ਆ, ਲਾਚਾਰ ਆ, ਬਿਮਾਰੀ ਦੇ ਵਿੱਚ ਆ, ਲੋਕ ਕਹਿੰਦੇ ਇਹ ਇੱਥੇ ਨਰਕ ਭੋਗਦਾ ਪਿਆ। ਹਾਂ, ਤੇ ਉਹ ਵਿਅਕਤੀ ਜਿਹੜਾ ਚੰਗਾ ਹੋ ਗਿਆ, ਹਾਂ, ਜਿਹਦੀ ਗਵਾਹੀ ਆਪਾਂ ਕੀਤੀ ਹੈ, ਜਿਹਦੀ ਗਵਾਹੀ ਤੁਸੀਂ ਸੁਣੀ ਆ ਕਿ ਅਗਰ ਕੋਈ ਬਿਮਾਰ ਹੈ ਵਿਅਕਤੀ, ਦਵਾਈ ਕਾਟ ਨਹੀਂ ਕਰਦੀ, ਓਪਰੇਸ਼ਨ ਵੀ ਕਰਾ ਲਿਆ, ਕਿ ਉਹ ਨਰਕ ਭੋਗ ਰਿਹਾ ਬੰਦਾ? ਨਹੀਂ, ਉਹ ਸੱਚਾਈ 'ਚ ਨਹੀਂ ਆਇਆ, ਉਹ ਕਿਰਪਾ ਦੇ ਹੇਠ ਨਹੀਂ ਆਇਆ। ਉਹਨੇ ਉਹ ਮਹਿਮਾ ਨਹੀਂ ਦਿੱਤੀ ਖੁਦਾਵੰਦ ਨੂੰ ਜਿਹੜੀ ਖੁਦਾਵੰਦ ਚਾਹੁੰਦਾ ਇੱਕ ਵਿਅਕਤੀ ਤੋਂ। ਉਹ ਜਿਸ ਦਿਨ ਉਹਨੇ ਮਹਿਮਾ ਦਿੱਤੀ ਸੱਚਾਈ ਦੇ ਨਾਲ, ਉਸ ਦਿਨ ਖੁਦਾ ਨੇ ਛੂ ਲਿਆ ਔਰ ਚੰਗਾ ਕਰ ਦਿੱਤਾ। ਬੋਲੋ ਹਾਲੇਲੂਇਆ, ਹਾਲੇਲੂਇਆ। ਕਿੰਨਿਆਂ ਨੂੰ ਸਮਝ ਆਈ ਮੇਰੀ ਗੱਲ? ਸੈਕਿੰਡ ਵਰਸ ਮੇਰੇ ਨਾਲ ਓਪਨ ਕਰੀਏ, ਰੋਮੀਆਂ ਦਾ ਪੁਸਤਕ, ਉਹਦਾ 10 ਨੰਬਰ ਅਧਿਆਇ। ਰੋਮੀਆਂ ਦਾ ਪੁਸਤਕ ਉਹਦਾ 10 ਨੰਬਰ ਅਧਿਆਇ ਔਰ ਉਹਦਾ 9 ਨੰਬਰ ਪੰਕਤੀ ਨੂੰ ਤੁਸੀਂ ਤੇ ਮੈਂ ਪੜ੍ਹਨਾ, ਬੜੇ ਧਿਆਨ ਦੇ ਨਾਲ ਸੁਣਨਾ। ਲਿਖਿਆ, ਕਿਉਂਕਿ ਜੇ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰ ਲਵੇਂ। ਕਿੱਦਾਂ ਰੋਬਿਨ? ਇਧਰ ਆ ਬੇਟਾ, ਇਧਰ ਆ, ਸਭ ਤੋਂ ਪਹਿਲਾਂ ਆ ਜਾ ਇੱਥੇ। ਵੈਰੀ ਗੁੱਡ, ਦੇਖ ਹੁਣ ਧਿਆਨ ਲੱਗੇਗਾ ਤੇਰਾ। ਰੋਮੀਆਂ ਦਾ ਪੁਸਤਕ ਉਹਦਾ 10 ਨੰਬਰ ਅਧਿਆਇ ਔਰ ਉਹਦਾ 9 ਨੰਬਰ ਪੰਕਤੀ ਨੂੰ ਆਪਾਂ ਪੜ੍ਹ ਰਹੇ ਹਾਂ, ਸੁਣਨਾ ਬੜੇ ਧਿਆਨ ਦੇ ਨਾਲ। ਲਿਖਿਆ, ਕਿਉਂਕਿ ਜੇ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯਿਸੂ ਮਸੀਹ ਦਾ ਇਕਰਾਰ ਕਰੇ। ਕਿੱਦਾਂ ਇਕਰਾਰ? ਕਿੱਦਾਂ ਕਰਨਾ? ਬੋਲਦੇ ਨਹੀਂ, ਕਿੱਦਾਂ ਕਰਨਾ? ਮੂੰਹੋਂ ਬੋਲ ਕੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ, ਯਿਸੂ ਮਸੀਹ ਹੀ ਮੁਕਤੀਦਾਤਾ ਆ, ਯਿਸੂ ਮਸੀਹ ਹੀ ਦਵਾਰ ਆ, ਯਿਸੂ ਮਸੀਹ ਹੀ ਪਿਤਾ ਦੇ ਕੋਲ ਪਹੁੰਚਾਉਣ ਦਾ ਇੱਕ ਵਸੀਲਾ। ਕਹਿੰਦਾ ਮੂੰਹ ਤੋਂ ਇਕਰਾਰ ਕਰਨਾ ਜੇ ਨਰਕ ਦੇ ਵਿੱਚ ਜਾਣ ਤੋਂ ਬਚਣਾ ਚਾਹੁੰਦੇ, ਬਲ ਦੀ ਅੱਗ ਤੋਂ ਬਚਣਾ ਚਾਹੁੰਦੇ। ਬਾਈਬਲ ਦੇ ਵਿੱਚ ਸਾਫ ਸਪਸ਼ਟ ਸ਼ਬਦਾਂ 'ਚ ਲਿਖਿਆ, ਕਹਿੰਦਾ ਨਰਕ ਦੀ ਅੱਗ ਕਦੀ ਵੀ ਬੁੱਝਦੀ, ਉਹਦਾ ਕੀੜਾ ਕਦੀ ਵੀ ਮਰਦਾ
ਉੱਥੇ ਜਿਹੜਾ ਕਸ਼ਟ ਆ ਕਦੀ ਵੀ ਖਤਮ। ਜੇ ਤੁਹਾਨੂੰ ਨਹੀਂ ਯਕੀਨ ਹੈ ਤੇ ਧਨੀ ਤੇ ਲਾਜ਼ਰ ਦੀ ਸਟੋਰੀ ਪੜ੍ਹ ਕੇ ਦੇਖ ਲੈ, ਤੁਹਾਨੂੰ ਪਤਾ ਲੱਗ ਜਾਏਗਾ। ਨਰਕ ਦੇ ਵਿੱਚ ਸੜ ਰਿਹਾ ਬੰਦਾ, ਜਲ ਰਿਹਾ ਬੰਦਾ, ਉੱਥੇ ਇਹ ਨਹੀਂ ਹੈ ਵੀ ਇੱਕ ਵਾਰੀ ਸੜਿਆ ਤੇ ਜਾਨ ਨਿਕਲ ਗਈ ਤੇ ਚਲੋ ਬੰਦਾ ਛੁਟਕਾਰਾ ਹੋ ਗਿਆ। ਨਹੀਂ, ਬਾਈਬਲ ਕਹਿੰਦਾ ਉੱਥੇ ਤਸੱਲੀ ਇੱਕ ਸਕਿੰਟ ਦੀ ਨਹੀਂ, ਉੱਥੇ ਸਿਰਫ ਤਸੀਹੇ ਆ, ਤਸੀਹੇ ਆ ਬਸ, ਦੈਟਸ ਇਟ, ਹੋਰ ਕੁਝ ਨਹੀਂ ਆ। ਉੱਥੇ ਦਰਦ ਆ, ਤਕਲੀਫ ਆ, ਪਰੇਸ਼ਾਨੀਆਂ ਆ, ਹੋਰ ਕੁਝ ਨਹੀਂ ਆ ਨਰਕ ਦੇ ਵਿੱਚ। ਉਹ ਨਾ ਹੀ ਉੱਥੇ ਛੁਟਕਾਰਾ ਕਿ ਤੁਹਾਨੂੰ ਲੱਗੇਗੀ ਥੋੜਾ ਸਮਾਂ ਸੜਨ ਤੋਂ ਬਾਅਦ ਤੁਹਾਡੀ ਜਾਨ ਚਲੇ ਜਾਏਗੀ ਫਿਰ ਤੁਸੀਂ ਸਵਰਗ ਚਲੇ ਜਾਓਗੇ। ਨਹੀਂ, ਬਾਈਬਲ ਕਹਿੰਦਾ ਜਿਉਂਦੇ ਜੀ ਤੌਬਾ ਆ, ਜਿਉਂਦੇ ਜੀ ਇਕਰਾਰ ਆ, ਜਿਉਂਦੇ ਜੀ ਹੀ ਮੰਨਣਾ, ਜਿਉਂਦੇ ਜੀ ਹੀ ਛੱਡਣਾ ਆ। ਮਰਨ ਤੋਂ ਬਾਅਦ ਕੋਈ ਵੀ ਤੌਬਾ, ਮਰਨ ਤੋਂ ਬਾਅਦ ਕਹਿੰਦਾ ਇੱਕ ਖੱਡ ਵਿੱਚ ਆ ਜਾਂਦੀ ਆ, ਨਾ ਨਰਕ ਤੋਂ ਸਵਰਗ ਜਾ ਸਕਦਾ ਬੰਦਾ ਤੇ ਨਾ ਸਵਰਗ ਤੋਂ ਨਰਕ ਜਾ ਸਕਦਾ। ਜਿਹਨੂੰ ਡਾਊਟ ਆ ਉਹ ਬਾਈਬਲ ਨੂੰ ਪੜ੍ਹ ਕੇ ਫਿਰ ਮੇਰੇ ਨਾਲ ਗੱਲਬਾਤ ਕਰ ਲਵੇ। ਹਾਲੇਲੂਇਆ। ਇਹ ਮੇਰੀਆਂ ਕੋਈ ਆਪਣੀਆਂ ਤਿਆਰ ਕੀਤੀਆਂ ਗੱਲਾਂ ਨਹੀਂ ਹੈ, ਮੇਰੀ 8-9 ਸਾਲ ਦੀ ਸਟੱਡੀ ਆ ਜੋ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਪਿਆ। ਹਾਲੇਲੂਇਆ। ਇਹਨੂੰ ਪੜ੍ਹਿਆ, ਇਹਦੇ ਵਿੱਚ ਗਿਆ, ਇਹਦੇ ਐਗਜ਼ਾਮ ਦਿੱਤੇ, ਇਹਦੀ ਸਟੱਡੀ ਕੀਤੀ ਆ, ਇਹਦੇ ਸਰਟੀਫਿਕੇਟ ਲਏ ਹੋਏ ਆ। ਐਵੇਂ ਆਫਿਸ ਦੇ ਵਿੱਚ ਦੇਖ ਲਓ ਜਿਹਨੂੰ ਸ਼ੱਕ ਆ। ਇੱਕ ਵਿਅਕਤੀ ਅਗਰ ਉਹਦੀ ਜਾਨ ਚਲੇਗੀ ਪਾਪ ਦੇ ਵਿੱਚ, ਉਹ ਫਿਰ ਸਿੱਧਾ ਹੀ ਨਰਕ ਦੇ ਵਿੱਚ। ਉਹਨੇ ਨਿਆਂ ਦੀ ਲਾਈਨ 'ਚ ਲੱਗ ਕੇ ਕੀ ਕਰਨਾ, ਕੀ ਉਹਦਾ ਰਿਜ਼ਲਟ ਹੈ, ਜਿਹੜਾ ਮਰੇ ਪਾਪ ਦੇ ਵਿੱਚ। ਔਰ ਯਿਸੂ ਮਸੀਹ ਪਾਪ ਤੋਂ ਛੁਡਾਉਣ ਦੇ ਲਈ ਧਰਤੀ ਦੇ ਉੱਪਰ ਆਇਆ। ਬੋਲੋ ਹਾਲੇਲੂਇਆ, ਹਾਲੇਲੂਇਆ। ਔਰ ਤੁਸੀਂ ਤੇ ਮੈਂ ਪੜ੍ਹ ਰਿਹਾ, ਕਹਿੰਦਾ ਕਿਉਂਕਿ ਜੇ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਦਿਲ ਦੇ ਨਾਲ ਮੰਨ ਲਵੇ ਕਿ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਦੇ ਵਿੱਚੋਂ ਜਿਵਾ ਲਿਆ, ਤਾਂ ਤੂੰ ਕੀ ਹੋਵੇਗਾ, ਤਾਂ ਤੂੰ ਨਜ਼ਾਤ ਪਾਏਗਾ, ਤੂੰ ਬਚਾਇਆ ਜਾਏਗਾ। ਕਿਹੜੀ ਗੱਲ ਤੋਂ? ਨਰਕ ਤੋਂ, ਨਰਕ ਦੀ ਬਲਦੀ ਅੱਗ ਤੋਂ ਤੂੰ ਬਚਾਇਆ ਜਾਏਗਾ। ਜੇ ਤੂੰ ਆਪਣੇ ਮੂੰਹ ਨਾਲ ਇਕਰਾਰ ਕਰ ਲਵੇਂ ਤੇ ਦਿਲੋਂ ਮੰਨ ਲਵੇਂ। ਹਾਲੇਲੂਇਆ। ਇੱਥੇ ਕੋਈ ਮਜਬੂਰੀ ਨਹੀਂ ਆ ਕਿ ਯਿਸੂ ਨੂੰ ਹੀ ਮੰਨਣਾ ਆ, ਇਹ ਤੁਸੀਂ ਦੇਖਣਾ, ਡਿਸੀਜਨ ਤੁਹਾਡਾ ਆ, ਡਿਸੀਜਨ ਤੁਹਾਡਾ ਆ। ਤੁਸੀਂ ਪੂਰੀ ਮਾਰਕੀਟ ਘੁੰਮ ਕੇ ਜਿੱਥੋਂ ਸਸਤੀ ਚੀਜ਼ ਮਿਲਦੀ ਉੱਥੋਂ ਪਰਚੇਸ ਕਰਦੇ ਆ, ਜਿੱਥੋਂ ਵਧੀਆ ਚੀਜ਼ ਮਿਲਦੀ ਤੁਸੀਂ ਉੱਥੋਂ ਪਰਚੇਸ ਕਰਦੇ ਆ। ਮੈਂ ਕਹਿੰਦਾ ਘੁੰਮ ਕੇ ਦੇਖ ਲਓ, ਘੁੰਮ ਕੇ ਦੇਖ ਲਓ। ਜੇ ਤੁਹਾਨੂੰ ਯਿਸੂ ਮਸੀਹ ਵਾਲਾ ਪਿਆਰ, ਯਿਸੂ ਮਸੀਹ ਵਾਲੀ ਦਇਆ, ਕਿਰਪਾ, ਅਨੁਗ੍ਰਹਿ, ਛੁਟਕਾਰਾ, ਚੰਗਾਈ, ਆਜ਼ਾਦੀ, ਡਿਲੀਵਰੈਂਸ ਮਿਲ ਜਾਏ ਤਾਂ ਤੁਸੀਂ ਉੱਥੇ ਰਹਿ ਪੈਣਾ, ਕੋਈ ਦਿੱਕਤ ਨਹੀਂ। ਮੈਨੂੰ ਕਮਿਸ਼ਨ ਨਹੀਂ ਮਿਲਦੀ ਕੋਈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਨੂੰ ਕੋਈ ਪੈਸਾ ਨਹੀਂ ਆਉਂਦਾ, ਮੈਨੂੰ ਕੋਈ ਕਮਿਸ਼ਨ ਨਹੀਂ ਆਉਂਦੀ ਕਿ ਮੈਂ ਤੁਹਾਨੂੰ ਯਿਸੂ ਮਸੀਹ ਦੇ ਬਾਰੇ ਦੱਸਾਂ, ਤੁਸੀਂ ਗ੍ਰਹਿਣ ਕਰੋ ਤੇ ਮੈਨੂੰ ਪੈਸਾ ਆ ਜਾਏਗਾ। ਨਹੀਂ, ਮੇਰਾ ਕੰਮ ਹੈ ਯਿਸੂ ਮਸੀਹ ਦੇ ਬਾਰੇ ਦੱਸਣਾ। ਮੈਨੂੰ ਉਹਨੇ ਚੁਣਿਆ। ਇਸੇ ਰੀਤੀ ਦੇ ਨਾਲ ਗੋਡੇ ਟੇਕ ਕੇ ਇੱਕ ਦਿਨ ਦੁਆ ਕਰ ਰਿਹਾ ਆਪਣੇ ਕਮਰੇ ਦੇ ਵਿੱਚ, ਔਰ ਮੈਨੂੰ ਆਵਾਜ਼ ਆਈ ਔਰ ਮੇਰੇ ਨਾਲ ਆ ਕੇ ਯਿਸੂ ਮਸੀਹ ਬੈਠੇ ਔਰ ਉਹਨੇ ਮੈਨੂੰ ਦੱਸਿਆ ਕਿ ਮੈਂ ਤੈਨੂੰ ਚੁਣਿਆ। ਨਹੀਂ ਤਾਂ ਮੈਂ ਇੱਕ ਅਕਾਊਂਟਸ ਦੀ ਜੌਬ ਦੇ ਉੱਪਰ ਅਕਾਊਂਟੈਂਟ ਦੀ ਪੋਸਟ ਤੇ ਕੰਮ ਕਰ ਰਿਹਾ ਸੀ, ਬਹੁਤ ਅੱਛੀ ਰੀਤੀ ਦੇ ਨਾਲ ਔਰ ਅੱਛੀ ਸੈਲਰੀ ਲੈ ਰਿਹਾ ਸੀ, ਬਹੁਤ ਅੱਛਾ ਮੇਰਾ ਸਿਸਟਮ ਚੱਲ ਰਿਹਾ ਸੀਗਾ। ਪਰ ਮੈਨੂੰ ਖੁਦਾ ਨੇ ਕਿਹਾ ਕਿ ਤੂੰ ਜੌਬ ਛੱਡ, ਤੂੰ ਮੇਰੇ ਲੋਕਾਂ ਦੇ ਵਿੱਚ ਰਹਿ, ਤੂੰ ਮੇਰੇ ਲੋਕਾਂ ਤੋਂ ਲੋਕਾਂ ਨੂੰ ਜਾਣੂ ਕਰਵਾ ਮੇਰੇ ਬਾਰੇ। ਕਹਿੰਦਾ ਮੈਂ ਤੇਰੇ ਹੱਥਾਂ ਨੂੰ ਬਲੈਸ ਕਰ ਦਿੱਤਾ, ਤੂੰ ਜਿਹੜੇ ਤੇ ਰੱਖੇਗਾ ਉਹ ਚੰਗਾ ਹੋਏਗਾ। ਹਾਲੇਲੂਇਆ। ਮੈਂ ਕਹਿੰਦਾ ਮੁਬਾਰਕ ਹੈ ਉਹ ਬੰਦਾ ਜਿਹਦੇ ਨਾਲ ਉਹ ਗੱਲ ਕਰਦਾ, ਜਿਹਨੂੰ ਉਹ ਚੁਣਦਾ। ਤੁਸੀਂ ਵੀ ਚੁਣੇ ਹੋਏ ਆ। ਕਹਿੰਦਾ ਕੋਈ ਵੀ ਉਹਦੀ ਮਰਜ਼ੀ ਤੋਂ ਬਿਨਾਂ ਉਹਦੇ ਕੋਲ ਨਹੀਂ ਆ ਸਕਦਾ। ਅਗਰ ਤੁਸੀਂ ਆਏ ਆ ਤੇ ਪਰਮੇਸ਼ਵਰ ਦੀ ਅੱਜ ਮਰਜ਼ੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ, ਉਹਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਉਹਦੇ ਕਦਮਾਂ 'ਚ ਆ ਨਹੀਂ ਸਕਦਾ। ਤੁਸੀਂ ਦੇਖੋ ਉਹਦਾ ਪਿਆਰ ਕਿੰਨਾ ਮਹਾਨ ਹੈ ਤੁਹਾਡੇ ਲਈ।
ਕਿੱਦਾਂ ਉਹਨੇ ਰਾਸਤਿਆਂ ਨੂੰ ਖੋਲਿਆ, ਤੁਹਾਨੂੰ ਬਾ ਹਿਫਾਜ਼ਤ ਆਪਣੇ ਭਵਨ ਚ ਲੈ ਕੇ ਆਂਦਾ। ਹਾਲੇਲੂਇਆ ਹਾਲੇਲੂਇਆ। ਕਹਿੰਦਾ ਜੇ ਕੋਈ ਕੰਡੀਸ਼ਨ ਤੁਹਾਡੇ ਉੱਪਰ ਇੱਕ ਕਿਸੇ ਪਰਸਨ ਦੇ ਉੱਪਰ ਨਹੀਂ ਲੱਗੀ ਪਈ, ਸਾਰੇ ਸੁਣਦੇ ਪਏ ਆ ਲਿਖਿਆ, ਕਿਉਂਕਿ ਜੇ ਤੂੰ ਕੰਡੀਸ਼ਨ ਹੈ, ਜੇ ਤੂੰ ਮੰਨ ਲਵੇ ਤਾਂ, ਜੇ ਨਾ ਮੰਨੇ ਤਾਂ ਫਿਰ ਕੋਈ ਦਿੱਕਤ ਨਹੀਂ ਹੈ, ਫਿਰ ਤਾਂ ਜਾਣਾ ਨਰਕ ਦੇ ਵਿੱਚ, ਕਿਉਂਕਿ ਦੂਸਰਾ ਨਾਮ ਨਹੀਂ ਦਿੱਤਾ ਗਿਆ, ਦੂਸਰਾ ਰਾਹ ਵੀ ਹੈ ਨਹੀਂ, ਦੂਸਰਾ ਦਰਵਾਜ਼ਾ ਵੀ ਹੈ ਨਹੀਂ, ਸਿਰਫ ਇੱਕੋ ਹੀ ਆ, ਉਹਦਾ ਨਾਮ ਯਿਸੂ ਮਸੀਹ। ਹਾਲੇਲੂਇਆ। ਕਹਿੰਦਾ ਜੇ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਕਿ ਹਾਂ ਮੇਰੇ ਲਈ ਮਾਰਿਆ ਗਿਆ, ਮੇਰੇ ਲਈ ਗਾੜਿਆ ਗਿਆ, ਮੇਰੇ ਲਈ ਹੀ ਮੁਰਦਿਆਂ ਦੇ ਵਿੱਚੋਂ ਤੀਸਰੇ ਦਿਨ ਜਿਉਂਦਾ ਹੋ ਗਿਆ, ਜਿਹੜਾ ਕਿ ਧਰਤੀ ਤੇ ਕਦੀ ਵੀ ਨਹੀਂ ਹੋਇਆ ਇਦਾਂ। ਹਾਲੇਲੂਇਆ। ਬਾਈਬਲ ਕਹਿੰਦਾ ਮੁਰਦਿਆਂ ਦੇ ਵਿੱਚੋਂ ਉਹ ਜੇਠਾ ਆਇਆ, ਪਹਿਲਾਂ ਆ, ਨਾ ਉਸ ਤੋਂ ਪਹਿਲਾਂ ਕੋਈ ਹੋਇਆ, ਨਾ ਉਸ ਤੋਂ ਬਾਅਦ ਕੋਈ ਹੋਇਆ। ਜੇ ਉਹਨੇ ਖੁਦ ਮੁਰਦੇ ਜ਼ਿੰਦਾ ਕੀਤੇ ਆ ਤੇ ਉਹ ਵੀ ਬਾਅਦ ਵਿੱਚ ਮਰੇ, ਸਿਰਫ ਇਕਲੌਤਾ ਯਿਸੂ ਮਸੀਹ ਜਿਹੜਾ ਮੁਰਦਿਆਂ ਤੋਂ ਜ਼ਿੰਦਾ ਹੋ ਕੇ ਸਵਰਗ ਦੇ ਵਿੱਚ ਗਿਆ ਔਰ ਅੱਜ ਵੀ ਆਪਣੇ ਸਿੰਘਾਸਨ ਤੇ ਬਿਰਾਜਮਾਨ ਆ। ਬੋਲੋ ਹਾਲੇਲੂਇਆ ਹਾਲੇਲੂਇਆ। ਜਿਹੜਾ ਜਿਉਂਦਾ ਹੋਇਆ ਬਾਈਬਲ ਕਹਿੰਦਾ ਉਹ ਤੁਹਾਨੂੰ ਵੀ ਜਿਉਂਦਾ ਰੱਖਣ ਦੀ ਔਰ ਜਿਉਂਦਾ ਸਵਰਗ ਤੱਕ ਪਹੁੰਚਣ ਦੀ ਤੁਹਾਡੇ ਲਈ ਸਮਰੱਥ ਰੱਖਦਾ। ਔਰ ਬਾਈਬਲ ਚ ਸਾਫ ਸਪਸ਼ਟ ਸ਼ਬਦਾਂ ਚ ਲਿਖਿਆ, ਯਿਸੂ ਮਸੀਹ ਕਹਿੰਦੇ ਜਿੱਥੇ ਮੈਂ ਹਾਂ ਉੱਥੇ ਇੱਕ ਦਿਨ ਤੁਸੀਂ ਵੀ ਹੋਵੋਗੇ। ਕਹਿੰਦੇ ਮੈਂ ਜਾ ਰਿਹਾ ਹਾਂ ਤੁਹਾਡੇ ਲਈ, ਕੀ ਕਰਨ ਦੇ ਲਈ? ਕੀ ਕਰਨ ਦੇ ਲਈ ਸੁਰੇਸ਼ ਜੀ, ਕੀ ਕਰਨ ਦੇ ਲਈ ਜਾ ਰਿਹਾ? ਯਿਸੂ ਮਸੀਹ ਕਹਿੰਦੇ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਦੇ ਲਈ ਜਾ ਰਿਹਾ ਹਾਂ, ਫਿਰ ਮੈਂ ਇੱਕ ਦਿਨ ਆਵਾਂਗਾ। ਕਿੱਥੇ ਆਉਣਾ? ਧਰਤੀ ਤੇ। ਯਿਸੂ ਮਸੀਹ ਨੇ ਕਿੱਥੇ ਆਉਣਾ? ਅਸਮਾਨ ਤੇ ਬੱਦਲਾਂ ਦੇ ਉੱਪਰ ਆਉਣਾ। ਬਾਈਬਲ ਕਹਿੰਦਾ ਹਰ ਇੱਕ ਅੱਖ ਉਹਨੂੰ ਵੇਖੇਗੀ। ਅੱਜ ਲੋਕਾਂ ਨੂੰ ਇੰਨਾ ਸੀਰੀਅਸ ਨਹੀਂ ਲੱਗਦਾ ਇਹ ਮੈਟਰ, ਇਹ ਗੱਲਾਂ ਲੋਕਾਂ ਨੂੰ ਮਜ਼ਾਕ ਲੱਗਦੀਆਂ, ਟਾਈਮ ਪਾਸ ਲੱਗਦੀਆਂ ਆ, ਪਰ ਮੈਂ ਤੁਹਾਨੂੰ ਦੱਸਦਾ ਜਿਹਨੇ ਸੇਬ ਖਾਧਾ ਨਾ ਉਹ ਦੱਸ ਸਕਦਾ ਸੇਬ ਦਾ ਟੇਸਟ ਕੀ ਹੈ, ਜਿਹਨੇ ਸੰਤਰਾ ਖਾਧਾ ਉਹ ਦੱਸ ਸਕਦਾ ਸੰਤਰੇ ਦਾ ਟੇਸਟ ਕੀ ਹੈ। ਮੈਨੂੰ ਪੁੱਛ ਕੇ ਦੇਖੋ ਯਿਸੂ ਮਸੀਹ ਕੌਣ ਹੈ, ਮੈਨੂੰ ਪੁੱਛ ਕੇ ਦੱਸੋ ਕਿ ਮੈਂ ਯਿਸੂ ਮਸੀਹ ਨੂੰ ਕਿਉਂ ਆਪਣਾ ਜੀਵਨ ਦਿੱਤਾ, ਮੈਨੂੰ ਪੁੱਛ ਕੇ ਦੇਖੋ ਕਿ ਮੈਂ ਯਿਸੂ ਮਸੀਹ ਦੀਆਂ ਗੱਲਾਂ ਨੂੰ ਕਿਉਂ ਮੰਨਿਆ, ਮੈਨੂੰ ਪੁੱਛ ਕੇ ਦੇਖੋ ਕਿ ਅਸੀਂ ਕਿੱਦਾਂ ਦੁਖੀ ਸੀ, ਪਰੇਸ਼ਾਨ ਸੀ, ਗਰੀਬ ਸੀ, ਲਾਚਾਰ ਸੀ, ਕਰਜ਼ੇ ਤੇ ਸੀਗੇ, ਔਰ ਯਿਸੂ ਮਸੀਹ ਨੂੰ ਮੰਨਣ ਤੋਂ ਬਾਅਦ ਅੱਜ ਕਰਜ਼ਾ ਕਿੱਥੇ, ਅੱਜ ਬਰਕਤਾਂ ਆ, ਆਸ਼ੀਸ਼ਾਂ ਆ, ਛੁਟਕਾਰਾ ਆ, ਚੰਗਿਆਈ ਆ, ਬਲੈਸਿੰਗਸ ਆ, ਹਰ ਇੱਕ ਬਰਕਤ ਉਹਨੇ ਕਦਮਾਂ ਦੇ ਵਿੱਚ ਕਰ ਦਿੱਤੀ ਆ, ਸਾਰਾ ਜ਼ਲਾਲ ਯਿਸੂ ਮਸੀਹ ਦੇ ਨਾਮ ਨੂੰ ਮਿਲੇ, ਸਾਰਾ ਚਰਚ ਬੋਲੇ ਹਾਲੇਲੂਇਆ। ਇਸੇ ਲਈ ਉਹਨੇ ਚੁਣਿਆ, ਤੁਹਾਨੂੰ ਵੀ ਇਸੇ ਲਈ ਚੁਣਿਆ, ਨਹੀਂ ਤਾਂ ਤੁਸੀਂ ਇੱਕ ਇੱਕ ਗੱਲ ਦੇ ਉੱਪਰ ਗੌਰ ਕਰਕੇ ਦੇਖੋ ਕਿ ਤੁਹਾਡਾ ਜਨਮ ਹੋਇਆ ਧਰਤੀ ਦੇ ਉੱਪਰ, ਮਨੁੱਖ ਕੀ ਕਰਨ ਦੇ ਲਈ ਆਇਆ? ਸਿਰਫ ਰੋਟੀ ਪਾਣੀ ਖਾਣ ਦੇ ਲਈ, ਦੁੱਧ ਪੀਣ ਦੇ ਲਈ, ਜਿਉਣ ਦੇ ਲਈ, ਪੈਸਾ ਕਮਾਉਣ ਦੇ ਲਈ, ਬੱਚੇ ਪੈਦਾ ਕਰਨ ਦੇ ਲਈ, ਬੱਚੇ ਪਾਲਣ ਦੇ ਲਈ, ਉਸ ਤੋਂ ਬਾਅਦ ਮਰਨ ਦੇ ਲਈ? ਨਹੀਂ। ਬਾਈਬਲ ਦੇ ਅਨੁਸਾਰ ਮਨੁੱਖ ਇਸੇ ਲਈ ਬਣਾਇਆ ਗਿਆ ਤਾਂ ਜੋ ਪਰਮੇਸ਼ਵਰ ਦੀ ਕੀ ਕਰ ਸਕੇ, ਉਹਦੀ ਮਹਿਮਾ, ਉਹਦੀ ਆਰਾਧਨਾ, ਉਹਦੀ ਸਤੁਤੀ ਕਰ ਸਕੇ। ਇਸ ਲਈ ਤੁਹਾਨੂੰ ਤੇ ਮੈਨੂੰ ਉਹਨੇ ਚੁਣਿਆ। ਤੁਸੀਂ ਬਹੁਤੇ ਲੋਕਾਂ ਨੂੰ ਦੇਖਿਆ ਹੋਗਾ ਕਿ ਆਪਣੇ ਆਪ ਦੇ ਵਿੱਚ ਬੜੇ ਧਾਰਮਿਕ ਲੱਗਦੇ ਆ, ਪਰ ਗਾਲਾਂ ਉਹਨਾਂ ਦੇ ਮੂੰਹ ਦੇ ਵਿੱਚ, ਝੂਠ ਉਹਨਾਂ ਦੇ ਮੂੰਹ ਦੇ ਵਿੱਚ, ਬਦਕਾਰੀ ਉਹਨਾਂ ਦੇ ਮੂੰਹ ਦੇ ਵਿੱਚ। ਔਰ ਬਾਈਬਲ ਕੀ ਕਹਿੰਦਾ? ਇੱਕ ਨਲ ਦੇ ਵਿੱਚੋਂ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲ ਸਕਦਾ। ਕਿ ਤੁਹਾਡੇ ਘਰਾਂ 'ਚ ਟੂਟੀਆਂ ਲੱਗੀਆਂ ਬੋਲਦੇ ਨੀ ਕਿ ਉਹਦੇ ਵਿੱਚੋਂ ਖੱਟਾ ਤੇ ਮਿੱਠਾ ਦੋ ਤਰ੍ਹਾਂ ਦਾ ਪਾਣੀ ਆਉਂਦਾ? ਹਾਂ ਬੋਲਦੇ ਨੀ?
ਇਸੇ ਰੀਤੀ ਦੇ ਨਾਲ ਇਹ ਸਰੀਰ ਆ, ਇਹਦੇ ਵਿੱਚੋਂ ਦੋ ਤਰ੍ਹਾਂ ਦੇ ਕੰਮ ਨਹੀਂ ਹੋ ਸਕਦੇ, ਜਾਂ ਤਾਂ ਇਹਤੋਂ ਪਾਪ ਹੋ ਸਕਦਾ ਤੋ ਜਾਂ ਇਹਤੋਂ ਧਾਰਮਿਕਤਾ ਦੇ ਕੰਮ ਹੋ ਸਕਦੇ। ਇਹ ਜ਼ੁਬਾਨ ਆ, ਇਹ ਮੂੰਹ ਆ, ਇਹ ਆਵਾਜ਼ ਆ, ਜਾਂ ਤੋ ਬਾਈਬਲ ਕਹਿੰਦਾ ਇਹਤੋਂ ਪਰਮੇਸ਼ਵਰ ਦੀ ਵਡਿਆਈ ਹੋ ਸਕਦੀ ਆ, ਜਾਂ ਤਾਂ ਇਹਤੋਂ ਫਿਰ ਗਾਲਾਂ ਕੱਢ ਹੋ ਸਕਦੀਆਂ। ਦੋਨੋਂ ਕੰਮ ਇਕੱਠੇ ਨਹੀਂ ਹੋ ਸਕਦੇ, ਜਿਹੜੇ ਦੋਨੋਂ ਕਰਦਾ ਨਰਕ ਦੇ ਵਿੱਚ ਜਾਏਗਾ। ਕਿੰਨੇ ਮੇਰੀ ਗੱਲ ਨੂੰ ਸਮਝ ਪਾ ਰਹੇ? ਕਈ ਲੋਕ ਓਦਾਂ ਗੱਲ ਨਹੀਂ ਕਰਦੇ, ਲੇਕਿਨ ਜਦੋਂ ਉਹਨਾਂ ਨੂੰ ਗੁੱਸਾ ਆ ਜਾਂਦਾ ਫਿਰ ਆਪਾਂ ਖੋ ਬੈਠਦੇ ਹੋ, ਫਿਰ ਉਹਨਾਂ ਦਾ ਕੰਟਰੋਲ ਆਪਣੇ ਆਪ ਦੇ ਉੱਪਰ ਨਹੀਂ ਰਹਿੰਦਾ, ਚੀਜ਼ਾਂ ਚੁੱਕ ਕੇ ਮਾਰਦੇ ਆ, ਹੱਥੋਂ ਪਾਈ ਕਰਦੇ ਆ। ਇਹ ਸਰੀਰ ਆ ਖੁਦਾ ਨੇ ਦਿੱਤਾ, ਇਹਦੇ ਤੇ ਤੁਹਾਡਾ ਕੰਟਰੋਲ ਹੋਣਾ ਚਾਹੀਦਾ, ਨਾ ਕਿ ਤੁਹਾਡੇ ਗੁੱਸੇ ਦਾ। ਹਾਲੇਲੂਇਆ, ਕਿੰਨੇ ਸਮਝ ਪਾ ਰਹੇ? ਕਹਿੰਦਾ ਜੇ ਤੂੰ ਆਪਣੇ ਮੂੰਹ ਦੇ ਨਾਲ ਇਕਰਾਰ ਕਰ ਲਵੇਂ ਕਿ ਯਿਸੂ ਹੀ ਪ੍ਰਭੂ ਆ, ਔਰ ਲਿਖਿਆ ਕਹਿੰਦਾ ਆਪਣੇ ਪੂਰੇ ਹਿਰਦੇ ਦੇ ਨਾਲ ਮੰਨ ਲਵੇ ਕਿ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਦੇ ਵਿੱਚੋਂ ਜਿਵਾਲਿਆ ਆ, ਤਾਂ ਕਹਿੰਦਾ ਤੂੰ ਬੋਲਦੇ ਨਹੀਂ, ਤਾਂ ਤੂੰ ਨਜ਼ਾਦ ਪਾਏਗਾ, ਉਧਾਰ ਪਾਏਗਾ, ਛੁਟਕਾਰਾ ਪਾਏਗਾ ਨਰਕ ਤੋਂ। ਧਰਤੀ ਤੇ ਰਹਿੰਦਿਆਂ ਬਿਮਾਰੀ ਤੋਂ, ਲਾਚਾਰੀ ਤੋਂ, ਕਰਜ਼ੇ ਤੋਂ, ਦੁੱਖਾਂ ਤੋਂ, ਕਹਿੰਦਾ ਤੂੰ ਕੀ ਕਰੇਗਾ? ਨਜ਼ਾਦ ਪਾਏਗਾ। ਸਿਰਫ ਕੰਮ ਕੀ ਕਰਨਾ? ਸਿਰਫ ਮੰਨਣਾ, ਸਿਰਫ ਬਲੀਵ ਕਰਨਾ। ਯਿਸੂ ਮਸੀਹ ਕਹਿੰਦਾ ਜੇ ਕੋਈ ਵਿਅਕਤੀ ਉਹਨੂੰ ਵਿਸ਼ਵਾਸ ਹੈ ਨੇ, ਕਹਿੰਦਾ ਫਿਰ ਉਹ ਭੁੱਲ ਜਾਵੇ ਕਿ ਰੱਬ ਤੋਂ ਕੁਝ ਲੈ ਸਕਦਾ। ਉਹ ਅੱਜ ਵੀ ਖਾਲੀ ਤੇ ਕੱਲ ਵੀ ਖਾਲੀ, ਉਹ ਮਹੀਨੇ ਬਾਅਦ ਵੀ ਆਏਗਾ, ਸਾਲ ਬਾਅਦ ਵੀ ਆਏਗਾ, ਤਾਂ ਵੀ ਖਾਲੀ ਰਹੇਗਾ। ਸਿਰਫ ਯਿਸੂ ਮਸੀਹ ਤੋਂ ਬਰਕਤ ਲੈਣ ਦੇ ਲਈ, ਆਸ਼ੀਸ਼ ਲੈਣ ਦੇ ਲਈ, ਜੋ ਤੁਹਾਨੂੰ ਚਾਹੀਦਾ ਉਹ ਲੈਣ ਦੇ ਲਈ ਤੁਹਾਨੂੰ ਵਿਸ਼ਵਾਸ ਦੇ ਵਿੱਚ ਆਉਣਾ ਪਏਗਾ। ਕਾਹਦੇ ਵਿੱਚ ਆਉਣਾ ਪੈਣਾ? ਵਿਸ਼ਵਾਸ ਦੇ ਵਿੱਚ ਤੁਹਾਨੂੰ ਆਉਣਾ ਪੈਣਾ। ਬਿਨਾਂ ਵਿਸ਼ਵਾਸ ਦੇ ਬਾਈਬਲ ਕਹਿੰਦਾ ਮਨੁੱਖ ਭੁੱਲ ਜਾਵੇ ਕਿ ਉਹ ਰੱਬ ਤੋਂ ਕੁਝ ਲੈ ਸਕਦਾ, ਕੁਛ ਨਹੀਂ ਲੈ ਸਕਦਾ। ਅਸੁਰੇਸ਼ ਜੀ ਤੁਹਾਡੇ ਸਾਹਮਣੇ ਬੈਠੇ ਆ ਚੇਅਰ ਦੇ ਕੋਲ, ਯੈਲੋ ਟੀ ਸ਼ਰਟ ਪਾਈ, ਕਿੰਨਾ ਵੱਡਾ ਭੂਤ ਚੁੰਬੜਿਆ ਹੋਇਆ ਸੀ ਇਹਨਾਂ ਨੂੰ, ਕਿੰਨਾ ਵੱਡਾ ਦੁਸ਼ਟ ਆਤਮਾ ਚੁੰਬੜਿਆ ਹੋਇਆ ਸੀਗਾ। ਈਵਨ ਕਿ ਇਹਨਾਂ ਨੂੰ ਮਾਰਨ ਹੀ ਲੱਗਾ ਸੀਗਾ ਜਦੋਂ ਇਹਨਾਂ ਦਾ ਫੋਨ ਆਇਆ, ਕਹਿੰਦੇ ਪਾਸਾ ਬਚਾ ਲਓ। ਔਰ ਇਹ ਗੱਲ ਜਦੋਂ ਮੈਂ ਸੁਣੀ ਤੇ ਇਹਨਾਂ ਨੂੰ ਇਮੀਡੀਏਟਲੀ ਬੁਲਾਇਆ, ਫਿਰ ਪ੍ਰੇਅਰ ਕੀਤੀ ਗਈ ਇਹਨਾਂ ਦੇ ਲਈ, ਔਰ ਅੱਜ ਤੁਹਾਡੇ ਸਾਹਮਣੇ ਆ। ਹਾਲੇਲੂਇਆ, ਬਚ ਗਿਆ, ਛੁੱਟ ਗਿਆ, ਆਜ਼ਾਦ ਹੋ ਗਿਆ। ਕੌਣ ਕਰਦਾ ਹੈ? ਕੌਣ ਕਰਦਾ ਹੈ? ਯਿਸੂ ਮਸੀਹ ਕਰਦਾ ਹੈ। ਮੇਰੇ ਵਿੱਚੋਂ ਦੀ ਉਹ ਕਰਦਾ, ਮੇਰੇ ਵਿੱਚ ਕੁਝ ਨਹੀਂ ਹੈ, ਮੈਂ ਵੀ ਤੁਹਾਡੇ ਵਰਗੂ ਇੱਕ ਮਨੁੱਖ ਆ, ਦੁੱਖ ਸੁੱਖ ਭੋਗਣ ਵਾਲਾ ਇੱਕ ਇਨਸਾਨ ਆ, ਜੋ ਵਿਸ਼ਵਾਸ ਕਰਦਾ ਯਿਸੂ ਮਸੀਹ ਦੇ ਉੱਪਰ, ਉਹ ਛੁਟਕਾਰਾ ਪਾਏਗਾ। ਸਾਰਾ ਚਰਚ ਬੋਲੇ, ਉਹ ਬਚਾਇਆ ਜਾਏਗਾ, ਉਹ ਛੁਟਕਾਰਾ ਪਾਏਗਾ, ਉਹ ਚੰਗਾ ਹੋਏਗਾ। ਪਰਸਨ ਨੇ ਵਿਸ਼ਵਾਸ ਕੀਤਾ ਯਿਸੂ ਮਸੀਹ ਦੇ ਉੱਪਰ, ਅੱਜ ਛੁਟਕਾਰਾ ਪਾ ਕੇ ਤੁਹਾਡੇ ਵਿੱਚ ਬੈਠੇ। ਕਿਉਂ ਨਾ ਪ੍ਰਭੂ ਦੀ ਮਹਿਮਾ ਕਰੇ? ਕਿਉਂ ਨਾ ਪ੍ਰਭੂ ਦੀ ਵਡਿਆਈ ਕਰੇ? ਮੈਂ ਕਹਿੰਦਾ ਮੈਨੂੰ ਪੁੱਛ ਕੇ ਦੇਖੋ, ਕਿਉਂ ਨਾ ਪ੍ਰਭੂ ਦੀ ਆਰਾਧਨਾ ਕਰੀਏ? ਕਿਉਂ ਨਾ ਰੋਲਾ ਪਾਈਏ? ਜਿਹਦੀ ਰੇੜੀ ਤੇ ਸਮਾਨ ਪਿਆ ਉਹੀ ਹੋਕਾ ਮਾਰਦਾ ਹੈ, ਜਿਹਦੀ ਰੇੜੀ ਖਾਲੀ ਉਹਨੇ ਕਿਉਂ ਹੋਕਾ ਮਾਰਨਾ? ਹਾਂ ਬਤਾਈਏ ਨਾ, ਜਿਹਦੀ ਰੇੜੀ ਤੇ ਸਮਾਨ ਹੀ ਹੈ ਨੀ ਉਹ ਕਿਉਂ ਹੋਕਾ ਮਾਰੇਗਾ? ਦੱਸੋ ਪਹਿਲਾਂ, ਜਿਹਦੀ ਰੇੜੀ ਤੇ ਫਲ ਫਰੂਟ ਪਿਆ ਉਹੀ ਹੋਕਾ ਮਾਰੇਗਾ ਨਾ? ਲੈ ਲਓ 50 ਰੁਪਏ ਕਿਲੋ। ਉਹ ਤੁਹਾਡੇ ਅੰਦਰ ਜੋ ਖੁਦਾ ਨੇ ਆਸ਼ੀਸ਼ਾਂ ਪਾਈਆਂ, ਛੁਟਕਾਰਾ ਪਾਇਆ, ਬਰਕਤ ਪਾਈ ਆ, ਤੇ ਪਾਓ ਰੋਲਾ, ਦੱਸੋ ਯਿਸੂ ਮਸੀਹ ਨੇ ਮੈਨੂੰ ਚੰਗਾ ਕੀਤਾ। ਅਗਰ ਨਰਕ ਦੇ ਵਿੱਚ ਜਾਣ ਤੋਂ ਬਚਣਾ ਚਾਹੁੰਦੇ ਹੋ ਔਰ ਬਚਾਉਣਾ ਚਾਹੁੰਦੇ ਆਪਣੇ ਸਕੇ ਸੰਬੰਧੀਆਂ ਨੂੰ, ਭੈਣ ਭਰਾਵਾਂ ਨੂੰ,
ਕਿੰਨਿਆਂ ਨੂੰ ਸਮਝ ਆ ਰਹੀ ਹੈ ਮੇਰੀ ਗੱਲ? ਕਹਿੰਦਾ ਜੇ ਤੂੰ ਮੰਨ ਲਵੇਂ ਦਿਲੋਂ ਕਿ ਪਰਮੇਸ਼ਵਰ ਨੇ ਯਿਸੂ ਨੂੰ ਮੁਰਦਿਆਂ ਦੇ ਵਿੱਚੋਂ ਜਵਾਲਿਆ ਤਾਂ ਤੂੰ ਕਹਿੰਦਾ ਬਚਾਇਆ ਜਾਏਗਾ। ਸਾਰਾ ਚਰਚ ਬੋਲੇ। ਅਗਰ ਤੂੰ ਨਹੀਂ ਮੰਨਦਾ ਦਿਲੋਂ ਤੇ ਮੂੰਹ ਤੋਂ ਇਕਰਾਰ ਨਹੀਂ ਕਰਦਾ ਤੇ ਨਰਕ ਦੇ ਵਿੱਚ ਜਾਣ ਤੋਂ ਤੈਨੂੰ ਕੋਈ ਬਚਾ ਨਹੀਂ ਸਕਦਾ। ਤਾਂ ਜੇ ਯਿਸੂ ਤੋਂ ਇਲਾਵਾ ਤੇਰਾ ਸਿਰ ਕਿਤੇ ਹੋਰ ਥਾਵਾਂ ਤੇ ਚੁੱਕਦਾ ਤੇ ਤੈਨੂੰ ਨਰਕ ਜਾਣ ਤੋਂ ਕੋਈ ਬਚਾ ਨਹੀਂ ਸਕਦਾ। ਬਾਈਬਲ ਕਹਿੰਦਾ, ਮੈਂ ਨਹੀਂ ਕਹਿੰਦਾ ਬਾਈ, ਬਾਈਬਲ ਕਹਿੰਦਾ ਹੈ, ਠੋਸ ਸਬੂਤ ਹੈ। ਸੱਤ ਗੱਲਾਂ ਜਿਹੜੀਆਂ ਮਨੁੱਖ ਦੇ ਅੰਦਰ ਹੋਣਗੀਆਂ ਤੇ ਉਹਨੂੰ ਨਰਕ ਜਾਣ ਤੋਂ ਕੋਈ ਬਚਾ ਨਹੀਂ ਸਕਦਾ, ਬਲ ਦੀ ਅੱਗ ਦੇ ਵਿੱਚ ਜਾਣ ਤੋਂ ਬਚਾ ਨਹੀਂ ਸਕਦਾ। ਥਰਡ ਰੈਫਰੈਂਸ ਮੇਰੇ ਨਾਲ ਖੋਲੀਏ ਆਪਣੀ ਆਪਣੀ ਬਾਈਬਲ ਦੇ ਵਿੱਚੋਂ, ਸੰਤ ਮੱਤੀ ਦਾ ਅੰਜੀਲ ਉਹਦਾ 12 ਨੰਬਰ ਅਧਿਆਇ ਖੋਲੀਏ ਜ਼ਰਾ। ਸਭ ਨੂੰ ਮਿਲ ਗਿਆ? ਉਹਦਾ 31 ਨੰਬਰ ਪਲ ਪਲ ਸੰਤ ਮੱਤੀ ਦਾ ਅੰਜੀਲ ਉਹਦਾ 12 ਨੰਬਰ ਅਧਿਆਇ ਉਹਦਾ 31 ਨੰਬਰ ਪੰਕਤੀ ਦੇ ਵਿੱਚ ਏਦਾਂ ਕਰਕੇ ਲਿਖਿਆ, ਕਹਿੰਦਾ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ। ਕੌਣ ਆਖਦਾ? ਹਾਂ, ਕੌਣ ਆਖਦਾ? ਯਿਸੂ ਮਸੀਹ ਆਖਦੇ, ਕਹਿੰਦੇ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਹਰੇਕ ਪਾਪ ਅਤੇ ਕੁਫਰ ਮਨੁੱਖਾਂ ਨੂੰ ਮਾਫ਼ ਕੀਤਾ ਜਾਏਗਾ, ਜੋ ਵੀ ਉਹ ਮੂੰਹ ਚੋਂ ਬੋਲਦੇ ਹਨ ਉਹਨਾਂ ਨੂੰ ਕੀ ਕੀਤਾ ਜਾਏਗਾ? ਚਾਹੇ ਉਹ ਗਾਲਾਂ ਕੱਢਣ ਯਿਸੂ ਮਸੀਹ ਨੂੰ, ਚਾਹੇ ਉਹ ਯਿਸੂ ਮਸੀਹ ਨੂੰ ਬੁਰਾ ਬੋਲਣ, ਚਾਹੇ ਉਹ ਬਾਈਬਲ ਦੀ ਬੇਅਦਬੀ ਕਰਨ, ਚਾਹੇ ਕੁਛ ਵੀ ਕਰਨ, ਉਹਨਾਂ ਨੂੰ ਕੀ ਕੀਤਾ ਜਾਏਗਾ? ਅਗਰ ਉਹ ਮੰਨ ਲੈਣ ਕਿ ਹਾਂ ਸਾਡੇ ਤੋਂ ਗਲਤੀ ਹੋਈ ਹੈ, ਯਿਸੂ ਮਸੀਹ ਸਾਨੂੰ ਸ਼ਮਾ ਕਰ, ਤੇ ਬਾਈਬਲ ਚ ਲਿਖਿਆ ਉਹਨਾਂ ਨੂੰ ਮਾਫ਼ੀ ਮਿਲ ਜਾਏਗੀ। ਚਾਹੇ ਉਹਨੇ ਪਾਪ ਕੀਤਾ ਹੋਵੇ, ਨਸ਼ਾ ਕੀਤਾ ਹੋਵੇ, ਗਾਲਾਂ ਕੱਢੀਆਂ ਹੋਣ, ਬੁਰੇ ਕੰਮ ਕੀਤੇ ਹੋਣ, ਨਸ਼ਾ ਕੀਤਾ ਹੋਵੇ, ਉਹ ਯਿਸੂ ਮਸੀਹ ਦੇ ਕਦਮਾਂ ਚ ਆ ਕੇ ਮਾਫ਼ੀ ਮੰਗ ਲੈ ਕਿ ਪ੍ਰਭੂ ਮੈਂ ਪਾਪ ਕੀਤਾ, ਮੈਂ ਗੁਨਾਹਗਾਰ ਹਾਂ, ਮੈਨੂੰ ਸ਼ਮਾ ਕਰ, ਬਾਈਬਲ ਕਹਿੰਦਾ ਉਹਦੇ ਪਾਪ ਉਹਨੂੰ ਸ਼ਮਾ ਕਰ ਦਿੱਤੇ ਜਾਣਗੇ, ਪਰ ਕਹਿੰਦਾ ਜੋ ਵੀ ਉਹਨੇ ਕੁਫਰ ਬਕਿਆ ਹੋਏਗਾ ਉਹਨੂੰ ਮਾਫ਼ ਕੀਤਾ ਜਾਵੇਗਾ। ਕਹਿੰਦੇ ਉਹ ਕੁਫਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ, ਕਿਹਦੇ ਵਿਰੁੱਧ? ਆਤਮਾ ਦੇ ਵਿਰੁੱਧ ਹੋਵੇ ਉਹ ਮਾਫ਼ ਨਹੀਂ ਕੀਤਾ ਜਾਵੇਗਾ। ਬੋਲੋ ਹਾਲੇਲੂਇਆ। ਲਿਖਿਆ ਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮਾਫ਼ ਕੀਤੀ ਜਾਵੇਗੀ, ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸਨੂੰ ਨਾ ਇਸ ਯੁੱਗ ਦੇ ਵਿੱਚ ਤੇ ਨਾ ਆਉਣ ਵਾਲੇ ਯੁੱਗ ਦੇ ਵਿੱਚ ਮਾਫ਼ ਕੀਤਾ ਜਾਵੇਗਾ। ਕਿੰਨੇ ਨੂੰ ਸਮਝ ਲੱਗੀ? ਜੋ ਖੁਦਾਵੰਦ ਦੇ ਆਤਮਾ ਦੇ ਵਿਰੋਧ ਦੇ ਵਿੱਚ ਬੋਲਦਾ ਉਹਦੇ ਵਿਰੁੱਧ ਮਾਫ਼ੀ ਨਹੀਂ ਹੈ, ਸਜ਼ਾ ਹੈ। ਯਿਸੂ ਮਸੀਹ ਦੇ ਬਾਰੇ ਬੋਲਦਾ ਉਹਨੂੰ ਮਾਫ਼ੀ ਮਿਲ ਜਾਏਗੀ, ਬਾਈਬਲ ਦੇ ਬਾਰੇ ਬੋਲਦਾ ਵੀ ਉਹਨੂੰ ਮਾਫ਼ੀ ਮਿਲ ਜਾਏਗੀ, ਚਰਚ ਦੇ ਬਾਰੇ, ਪਾਸਟਰ ਦੇ ਬਾਰੇ, ਧਾਰਮਿਕ ਗੱਲਾਂ ਦੇ ਬਾਰੇ, ਧਾਰਮਿਕ ਵਚਨਾਂ ਦੇ ਬਾਰੇ ਅਗਰ ਕੋਈ ਬੁਰਾ ਮੰਦਾ ਭਾਗਾ ਬੋਲਦਾ ਆ ਤੇ ਬਾਈਬਲ ਕਹਿੰਦਾ ਇੱਕ ਦਿਨ ਉਹਨੂੰ ਮਾਫ਼ੀ ਮਿਲ ਜਾਏਗੀ, ਅਗਰ ਉਹ ਮੰਨੇਗਾ ਕਿ ਹਾਂ ਮੈਂ ਗੁਨਾਹਗਾਰ ਹਾਂ, ਇਕਰਾਰ ਕਰੇਗਾ ਕਿ ਹਾਂ ਮੈਂ ਗਲਤੀ ਕੀਤੀ, ਤੇ ਬਾਈਬਲ ਕਹਿੰਦਾ ਅਗਰ ਉਹਨੇ ਆਤਮਾ ਦੇ ਵਿਰੁੱਧ, ਪਵਿੱਤਰ ਆਤਮਾ ਦੇ ਵਿਰੁੱਧ, ਪਰਮੇਸ਼ਵਰ ਦੇ ਆਤਮਾ ਦੇ ਵਿਰੋਧ ਦੇ ਵਿੱਚ ਅਗਰ ਕੁਛ ਬੋਲ ਦਿੱਤਾ, ਕੁਫਰ ਬਕਿਆ, ਉਹਨੂੰ ਨਾ ਇਸ ਯੁੱਗ ਦੇ ਵਿੱਚ ਤੇ ਨਾ ਹੀ ਆਉਣ ਵਾਲੇ ਯੁੱਗ ਦੇ ਵਿੱਚ ਸ਼ਮਾ ਮਿਲੇਗੀ, ਮਤਲਬ ਉਹ ਸਿੱਧਾ ਨਰਕ ਦੇ ਵਿੱਚ ਜਾਏਗਾ, ਉਹਨੂੰ ਨਰਕ ਦੇ ਵਿੱਚੋਂ ਬਚਾਉਣ ਵਾਲਾ ਕੋਈ ਨਹੀਂ, ਨਰਕ ਜਾਣ ਤੋਂ ਉਹਨੂੰ ਬਚਾਉਣ ਵਾਲਾ ਕੋਈ ਨਹੀਂ। ਕਿੰਨਿਆਂ ਨੂੰ ਸਮਝ ਆ ਰਹੀ ਮੇਰੀ ਗੱਲ? ਮੈਂ ਸਿਖਾਉਣਾ ਚਾਹੁੰਦਾ ਹੁਣ ਉਦਾਹਰਨ ਦੇ ਤੌਰ ਤੇ, ਇਸ ਵਿਅਕਤੀ ਨੇ ਪਵਿੱਤਰ ਆਤਮਾ ਪਾਇਆ ਹੋਇਆ ਹੈ,
ਹੁਣ ਇਹਦੇ ਬਾਰੇ ਅਸੀਂ ਬੁਰਾ ਬੋਲਾਂਗੇ, ਇਹਦੇ ਚਾਲ ਚੱਲਣ ਦੇ ਬਾਰੇ, ਇਹਨਾਂ ਦੀ ਸੋਚਾਂ ਦੇ ਬਾਰੇ, ਇਹਨਾਂ ਦੇ ਖਿਆਲਾਂ ਦੇ ਬਾਰੇ, ਇਹਨਾਂ ਦੇ ਕੰਮ ਦੇ ਬਾਰੇ, ਤਾਂ ਫਿਰ ਇਹਨਾਂ ਦੇ ਬਾਰੇ ਨਹੀਂ ਆ ਉਹ ਕਿਹਦੇ ਬਾਰੇ ਆ? ਉਹ ਪਵਿੱਤਰ ਆਤਮਾ ਦੇ ਬਾਰੇ। ਅਗਰ ਕੋਈ ਪਾਸਟਰ ਦੀ ਨਿੰਦਿਆ ਕਰਦਾ, ਪਾਸਟਰ ਦੀ ਬਰਖਲਾਫਤ ਕਰਦਾ, ਪਾਸਟਰ ਚੋਂ ਕਮੀਆਂ ਲੱਭਦਾ, ਤੇ ਫਿਰ ਉਹ ਕਿਹਦੀਆਂ ਕਮੀਆਂ ਲੱਭਦਾ, ਕਿਹਦੇ ਬਾਰੇ ਬੁਰਾਈ ਕਰਦਾ ਪਿਆ? ਉਹ ਖੁਦਾਵੰਦ ਦੀ ਆਤਮਾ ਦੀ ਬੁਰਾਈ ਕਰਦਾ, ਕਿਉਂਕਿ ਉਹ ਆਤਮਾ ਦੇ ਵਸੀਲੇ ਦੇ ਨਾਲ ਖੜਾ। ਤੇ ਬਾਈਬਲ ਚ ਲਿਖਿਆ ਉਹਨੇ ਇਸ ਯੁੱਗ ਚ ਵੀ ਨਹੀਂ ਤੇ ਨਾ ਹੀ ਆਉਣ ਵਾਲੇ ਯੁੱਗ ਚ ਉਹਨੂੰ ਮਾਫ਼ੀ ਕੀਤੀ ਜਾਵੇਗੀ, ਉਹਨੂੰ ਨਰਕ ਦੇ ਵਿੱਚੋਂ ਬਚਾਉਣ ਵਾਲਾ ਕੋਈ ਨਹੀਂ। ਕਿੰਨਿਆਂ ਨੂੰ ਸਮਝ ਆ ਰਹੀ ਹੈ? ਕਹਿੰਦਾ ਮੂੰਹ ਚੋਂ ਕੋਈ ਵੀ ਕੁਫਰ ਬਕ ਦੇਗਾ ਉਹਨੂੰ ਮਾਫ਼ੀ ਆ, ਪਰ ਜੇ ਉਹ ਆਤਮਾ ਦੇ ਵਿਰੋਧ ਦੇ ਵਿੱਚ ਬੋਲੇਗਾ ਉਹਨੂੰ ਕੋਈ ਵੀ ਮਾਫ਼ੀ ਨਹੀਂ ਆ। ਤਾਂ ਫਿਰ ਜਿੰਨਾ ਮਰਜ਼ੀ ਉਹ ਗੋਡੇ ਟੇਕੇ ਤੇ ਜਿੰਨਾ ਮਰਜ਼ੀ ਨੱਕ ਰਗੜੇ, ਤਾਂ ਜਿੰਨੇ ਮਰਜ਼ੀ ਉਹ ਰੋਜੇ ਰੱਖ ਕੇ ਸ਼ਮਾ ਮੰਗ ਲੇ, ਇਹਦੇ ਪ੍ਰਤੀ ਕੋਈ ਵੀ ਤਰਸ ਨਹੀਂ। ਜਿਹਨੇ ਆਤਮਾ ਦੇ ਵਿਰੋਧ ਦੇ ਵਿੱਚ ਔਰ ਆਤਮਿਕ ਲੋਕਾਂ ਦੇ ਵਿਰੋਧ ਦੇ ਵਿੱਚ ਔਰ ਧਰਮੀ ਲੋਕਾਂ ਦੇ ਵਿਰੋਧ ਦੇ ਵਿੱਚ ਕੁਛ ਬੋਲਿਆ ਹੋਵੇ ਉਹਨੂੰ ਸ਼ਮਾ ਨਹੀਂ। ਇਸ ਤਰ੍ਹਾਂ ਦੇ ਪਰਸਨ ਨੂੰ ਨਰਕ ਦੇ ਵਿੱਚ ਜਾਣ ਤੋਂ ਕੋਈ ਵੀ ਕੰਮ, ਕੋਈ ਵੀ ਗੱਲ, ਕੋਈ ਵੀ ਪਰਸਨ ਬਚਾ, ਈਵਨ ਕਿ ਉਹਨੂੰ ਪਾਸਟਰ ਵੀ ਨਹੀਂ ਬਚਾ ਸਕਦਾ। ਕਿੰਨਿਆਂ ਨੂੰ ਸਮਝ ਲੱਗ ਰਹੀ ਹੈ ਮੇਰੀ ਗੱਲ? ਸਮਝ ਆ ਰਹੀ ਹੈ? ਬੋਲੋ ਹਾਲੇਲੂਇਆ। ਸੰਤ ਮਤੀ ਦਾ ਅੰਜੀਲ, ਨੈਕਸਟ ਰੈਫਰੈਂਸ ਮੇਰੇ ਨਾਲ ਓਪਨ ਕਰੀਏ, ਉਹਦਾ 23 ਨੰਬਰ ਅਧਿਆਇ। ਸੰਤ ਮਤੀ ਦਾ ਅੰਜੀਲ ਉਹਦਾ 23 ਨੰਬਰ ਅਧਿਆਇ ਔਰ ਉਹਦਾ 13 ਔਰ 14 ਨੰਬਰ ਪੰਕਤੀ ਨੂੰ ਮੈਂ ਪੜ੍ਹਨਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਲਿਖਿਆ, ਹੇ ਕਪਟੀ ਗ੍ਰੰਥੀਓ ਔਰ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ। ਕੌਣ ਆਖਦਾ? ਹਾਂ, ਕੌਣ ਆਖਦਾ ਹੈ? ਇਹ ਯਿਸੂ ਮਸੀਹ ਦੇ ਦੁਆਰਾ ਬੋਲੇ ਗਏ ਸ਼ਬਦ ਆ, ਕਿਉਂਕਿ ਉਸ ਸਮੇਂ ਗ੍ਰੰਥੀ ਔਰ ਫਰੀਸੀ ਲੋਕ ਹੁੰਦੇ ਸੀਗੇ ਔਰ ਉਹ ਧਾਰਮਿਕਤਾ ਦਾ ਕੰਮ ਕਰਦੇ ਸੀ ਸਿਰਫ ਦਿਖਾਉਣ ਦੇ ਲਈ। ਚਿੱਟੇ ਕੱਪੜੇ ਪਾਉਂਦੇ ਸੀਗੇ ਪਰ ਅੰਦਰ ਮੈਲ, ਅੰਦਰ ਪਾਪ ਆ, ਅੰਦਰ ਬਦਮਸਤੀਆਂ ਆ, ਅੰਦਰ ਗਲਤ ਵਿਚਾਰ ਹੈ। ਸਿਰਫ ਦਿਖਾਵੇ ਦੇ ਲਈ ਉਹ ਧਾਰਮਿਕ ਆ, ਦਿਖਾਵੇ ਦੇ ਲਈ ਧਰਮੀ ਆ, ਔਰ ਦੇਖਣ ਵਾਲੇ ਨੂੰ ਏਦਾਂ ਮਲੂਮ ਹੁੰਦੀ ਆ ਕਿ ਇਹਨਾਂ ਤੋਂ ਵੱਡਾ ਕੋਈ ਧਾਰਮਿਕ ਨਹੀਂ ਆ। ਇਸੇ ਲਈ ਯਿਸੂ ਮਸੀਹ ਨੇ ਉਹਨਾਂ ਦੇ ਹਿਰਦੇ ਨੂੰ ਜਾਂਚਿਆ, ਉਹਨਾਂ ਦੇ ਚਾਲ ਚੱਲਣ ਨੂੰ ਜਾਂਚਿਆ ਔਰ ਆਖਿਆ, ਕਹਿੰਦਾ ਹੇ ਕਪਟੀ ਗ੍ਰੰਥੀਓ ਔਰ ਫਰੀਸੀਓ, ਕਹਿੰਦਾ ਤੁਹਾਡੇ ਉੱਤੇ ਹਾਏ ਹਾਏ। ਕਹਿੰਦਾ ਇਸ ਲਈ ਜੋ ਕਹਿੰਦਾ ਤੁਸੀਂ ਸਵਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਆ, ਕਿਉਂਕਿ ਜੋ ਬੋਲਣ ਵਾਲੇ ਦੇ ਅੰਦਰ ਆ ਉਹੀ ਸੁਣਨ ਵਾਲੇ ਦੇ ਅੰਦਰ ਆਏਗਾ। ਕਿੰਨਿਆਂ ਨੂੰ ਸਮਝ ਆ ਰਿਹਾ? ਜੋ ਤੁਹਾਡੇ ਅੰਦਰ ਆ ਉਹੀ ਡਿਲੀਵਰ ਹੋਏਗਾ। ਕਹਿੰਦਾ ਤੁਹਾਡੇ ਤੋਂ ਡੁੱਲਦਾ ਤੇ ਲੋਕਾਂ ਦੇ ਉੱਪਰ ਡੁੱਲਦਾ, ਤੁਹਾਨੂੰ ਉਹ ਖੁਦਾ ਇੰਨਾ ਭਰ ਦਿੰਦਾ। ਕਹਿੰਦਾ ਮੇਰਾ ਦਿੱਤਾ ਜਲ ਜੋ ਪੀਂਦਾ ਆ ਉਹ ਫਿਰ ਕਦੀ ਪਿਆਸਾ, ਉਹਦੇ ਅੰਦਰ ਇੱਕ ਸਰੋਤਾ ਬਣ ਜਾਂਦਾ, ਉਹ ਫਿਰ ਡੁੱਲਦਾ ਹੈ ਲੋਕਾਂ ਦੇ ਉੱਪਰ, ਸੁਣਨ ਵਾਲਿਆਂ ਦੇ ਉੱਪਰ। ਜੇ ਤੁਹਾਡੇ ਅੰਦਰ ਪਾਪ ਆ, ਤੁਸੀਂ ਪ੍ਰਚਾਰ ਕਰ ਰਹੇ ਆ, ਤੇ ਤੁਹਾਡੇ ਸੁਣਨ ਵਾਲੇ ਲੋਕ ਵੀ ਫਿਰ ਇੱਕ ਦਿਨ ਪਾਪੀ ਬਣ ਜਾਣਗੇ। ਕਿੰਨਿਆਂ ਨੂੰ ਸਮਝ ਆ ਰਿਹਾ? ਅਗਰ ਤੁਸੀਂ ਗੁਨਾਹਗਾਰ ਆ ਤੇ ਸੁਣਨ ਵਾਲੇ ਲੋਕ ਵੀ ਫਿਰ ਗੁਨਾਹਗਾਰ ਬਣ ਜਾਣਗੇ। ਤੁਹਾਨੂੰ ਇਹ ਪਰਖ ਹੋਣੀ ਚਾਹੀਦੀ ਆ, ਤੁਹਾਨੂੰ ਇਹ ਗਿਆਨ ਹੋਣਾ ਚਾਹੀਦਾ ਕਿ ਜਿੱਥੋਂ ਤੁਸੀਂ ਸੁਣਦੇ ਪਏ ਆ ਕਿ ਉਹ ਬਾਈਬਲ ਦੇ ਅਨੁਸਾਰ ਠੀਕ ਹੈ, ਉਹਦਾ ਚਾਲ ਚੱਲਣ ਠੀਕ ਹੈ, ਉਹਦਾ ਗੱਲਬਾਤ ਕਰਨਾ ਠੀਕ ਹੈ, ਉਹਦੀ ਸਹਿਣ ਸ਼ਕਤੀ ਠੀਕ ਹੈ, ਇਹ ਤੁਹਾਨੂੰ ਵਿਚਾਰ ਕਰਨਾ, ਤੁਸੀਂ ਵਿਚਾਰ ਕਰਨਾ। ਲਿਖਿਆ, ਹੈ ਕਪਟੀ ਗ੍ਰੰਥੀਓ ਔਰ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ। ਕਹਿੰਦਾ ਇਸ ਲਈ ਜੋ ਤੁਸੀਂ ਸਵਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਕੀ ਕਰਦੇ ਆ,
ਬੰਦ ਕਰਦੇ ਆ। ਕਹਿੰਦਾ ਕਿਉਂ ਜੋ ਉਸ ਵਿੱਚ ਨਾ ਤੁਸੀਂ ਆਪ ਵੜਦੇ ਆ ਤੇ ਨਾ ਹੀ ਕਹਿੰਦਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਆ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਆ? ਬੋਲੋ ਹਾਲੇਲੂਇਆ। ਜੋ ਵਿਅਕਤੀ ਜਾਣਨ ਤੋਂ ਬਾਅਦ ਵੀ, ਫੋਰ ਐਗਜ਼ਾਮਪਲ ਕਿ ਮੈਂ ਇੱਕ ਪ੍ਰਚਾਰਕ ਹਾਂ, ਮੈਂ ਇੱਕ ਪਾਸਟਰ ਹਾਂ, ਹੁਣ ਮੈਨੂੰ ਪਤਾ ਕਿ ਇਹ ਵਿਅਕਤੀ ਬਾਈਬਲ ਦੇ ਅਨੁਸਾਰ ਠੀਕ ਨਹੀਂ ਆ, ਪਰ ਮੈਨੂੰ ਇਹ ਵੀ ਪਤਾ ਹੋਵੇ ਜਾਂ ਮੈਨੂੰ, ਮੈਂ ਇਸ ਗੱਲ ਨੂੰ ਜਾਣਦਾ ਵਾਂ ਕਿ ਮੈਨੂੰ ਡਾਂਟਾਂ ਗਲਤੀ ਤੋਂ ਤੇ ਮੈਨੂੰ ਛੱਡ ਕੇ ਚਲਾ ਜਾਏਗਾ, ਇਹ ਚਰਚ ਨੂੰ ਛੱਡ ਕੇ ਚਲਾ ਜਾਏਗਾ। ਕਿੰਨਿਆਂ ਨੂੰ ਸਮਝ ਆ ਰਹੀ ਹੈ? ਔਰ ਮੈਨੂੰ ਡਾਂਟਾਂ ਨਾ ਤਾਂ ਆਪ ਸਵਰਗ 'ਚ ਜਾਊਂਗਾ ਤੇ ਜਾਣ ਵਾਲੇ ਨੂੰ ਵੀ ਮੈਂ ਰੋਕਾਂਗਾ। ਕਿੰਨਿਆਂ ਨੂੰ ਸਮਝ ਆ ਰਹੀ ਹੈ? ਇਸ ਲਈ ਮੈਂ ਪਰਵਾਹ ਨਹੀਂ ਕਰਦਾ। ਮੇਰਾ ਕੰਮ ਆ ਸਿਖਾਉਣਾ, ਮੇਰਾ ਕੰਮ ਆ ਸਮਝਾਉਣਾ, ਮੇਰਾ ਕੰਮ ਆ ਗਲਤੀ ਤੋਂ ਡਾਂਟਣਾ। ਕਿਉਂਕਿ ਜੋ ਮੈਨੂੰ ਬਾਈਬਲ ਕਹਿੰਦਾ, ਕਹਿੰਦਾ ਨਾ ਤਾਂ ਤੁਸੀਂ ਕਹਿੰਦਾ ਆਪ ਸਵਰਗ ਦੇ ਵਿੱਚ ਜਾਣਾ ਤੇ ਜਾਣ ਵਾਲੇ ਨੂੰ ਵੀ ਕਹਿੰਦਾ ਰੋਕਦੇ ਆ। ਕਿਉਂਕਿ ਕਰਪਟ ਬੰਦਾ, ਕਰਪਟ ਬੰਦੇ ਨੂੰ ਡਾਂਟ ਨਹੀਂ ਸਕਦਾ, ਝਿੜਕ ਨਹੀਂ ਸਕਦਾ। ਅਗਰ ਇਹਨਾਂ ਨੂੰ ਮੇਰੀ ਕਮੀ ਦਾ ਪਤਾ ਹੋਵੇ ਮੇਰੇ ਅੰਦਰ ਕਿ ਮੈਂ ਵੀ ਕਿਤੇ ਕਿਤੇ ਪੈਗ ਲਾ ਲੈਂਦਾ ਔਰ ਇਹ ਵੀ ਪੈਗ ਲਾਉਣ ਤੇ ਮੈਂ ਇਹਨਾਂ ਨੂੰ ਰੋਕ, ਮੈਂ ਇਹਨਾਂ ਨੂੰ ਡਾਂਟ ਨਹੀਂ ਸਕਦਾ। ਏਦਾਂ ਹੀ ਯਿਸੂ ਮਸੀਹ ਕਹਿੰਦੇ। ਫਿਰ ਕਹਿੰਦਾ ਸਵਰਗ ਦੇ ਵਿੱਚ ਤੁਹਾਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਔਰ ਨਰਕ 'ਚ ਜਾਣ ਤੋਂ ਤੁਹਾਨੂੰ ਕੋਈ ਬਚਾ ਨਾ। ਕਹਿੰਦਾ ਤੁਸੀਂ ਆਪ ਸਵਰਗ 'ਚ ਵੜਨਾ ਤੇ ਵੜਨ ਵਾਲੇ ਨੂੰ ਵੀ ਰੋਕਦੇ ਆ। ਕਿਉਂ? ਕਿਉਂਕਿ ਤੁਸੀਂ ਗਲਤੀ ਤੋਂ ਡਾਂਟਦੇ ਨਹੀਂ ਆ, ਸੁਧਾਰਦੇ ਨਹੀਂ ਆ, ਸਮਝਾਉਂਦੇ ਨਹੀਂ ਆ, ਡਰਦੇ ਆ ਕਿ ਉਹ ਚਰਚ ਛੱਡ ਕੇ ਚਲਾ ਜਾਏਗਾ, ਕਲੀਸੀਆ ਕੱਟ ਜਾਏਗਾ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਬੋਲੋ ਹਾਲੇਲੂਇਆ। ਇਸ ਤਰ੍ਹਾਂ ਦੇ ਲੋਕ ਵੀ, ਏਦਾਂ ਦੇ ਲੋਕਾਂ ਨੂੰ ਵੀ ਨਰਕ ਦੇ ਵਿੱਚ ਜਾਣ ਤੋਂ ਕੋਈ ਬਚਾ ਨਹੀਂ ਸਕਦਾ। ਚਾਹੇ ਉਹ ਸਮਝਾਉਣ ਵਾਲੇ ਹੋਣ ਪਰ ਉਹ ਕਰਪਟ ਹੋਣ, ਉਹ ਸੁਣਨ ਵਾਲਾ ਹੋਵੇ ਉਹ ਵੀ ਕਰਪਟ ਹੋ, ਪਰ ਉਹਨੂੰ ਸਮਝਾਵੇ ਨਾ, ਡਾਂਟੇ ਨਾ, ਤੇ ਬਾਈਬਲ 'ਚ ਲਿਖਿਆ ਏਦਾਂ ਦੇ ਲੋਕਾਂ ਨੂੰ ਨਰਕ ਦੇ ਵਿੱਚ ਜਾਣ ਤੋਂ ਕੋਈ ਵੀ ਬਚਾ ਨਹੀਂ ਸਕਦਾ। ਬੋਲੋ ਹਾਲੇਲੂਇਆ। ਅਗਰ ਉਹ ਗਲਤੀ ਤੋਂ ਡਾਂਟੇ ਨਾ, ਗਲਤੀ ਤੋਂ ਸਮਝਾਵੇ, ਬਾਈਬਲ ਕੀ ਕਹਿੰਦਾ? ਇੱਕ ਥਾਂ ਤੇ ਯਿਸੂ ਮਸੀਹ ਕਹਿੰਦੇ, ਜਿਹਨੂੰ ਮੈਂ ਪਿਆਰ ਕਰਦਾ ਉਹਨੂੰ ਮੈਂ ਕੀ ਕਰਦਾ? ਉਹਨੂੰ ਮੈਂ ਡਾਂਟਦਾ। ਅਗਰ ਡਾਂਟ ਪੈਂਦੀ ਹੈ ਤੇ ਸਮਝੋ ਕਿ ਖੁਦਾ ਤੁਹਾਨੂੰ ਬਹੁਤ ਪਿਆਰ ਕਰਦਾ, ਜਾਂ ਪਾਸਟਰ ਤੁਹਾਨੂੰ ਬਹੁਤ ਪਿਆਰ ਕਰਦਾ, ਜਾਂ ਧਾਰਮਿਕ ਤੁਹਾਡਾ ਕੋਈ ਆਗੂ ਆ, ਤੁਹਾਡਾ ਕੋਈ ਆਤਮਿਕ ਭੈਣ ਭਰਾ ਆ, ਤੁਹਾਨੂੰ ਬਹੁਤ ਪਿਆਰ ਕਰਦਾ। ਕਿਉਂ? ਕਿਉਂਕਿ ਉਹ ਤੁਹਾਨੂੰ ਨਰਕ ਦੇ ਵਿੱਚ ਦੇਖਣਾ ਨਹੀਂ ਚਾਹੁੰਦਾ, ਨਰਕ ਜਾਣ ਤੋਂ ਤੁਹਾਨੂੰ ਬਚਾਉਣਾ ਚਾਹੁੰਦਾ। ਇਸ ਲਈ ਤੁਹਾਨੂੰ ਡਾਂਟਦਾ ਹੈ ਕਿ ਨਸ਼ਾ ਛੱਡੋ, ਪਾਪ ਛੱਡੋ, ਆਪਣੇ ਜ਼ੋਰ ਦੇ ਨਾਲ ਨਹੀਂ ਛੱਡ ਹੋ ਸਕਦਾ। ਗਾਲਾਂ ਕੱਢਣੀਆਂ, ਬੁਰਾ ਦੇਖਣਾ, ਬੁਰਾ ਬੋਲਣਾ, ਨਸ਼ਾ ਕਰਨਾ, ਪਾਪ ਕਰਨਾ, ਵਿਭਚਾਰ ਕਰਨਾ, ਇਹ ਮਨੁੱਖ ਦੇ ਆਪਣੇ ਜ਼ੋਰ ਦੇ ਨਾਲ ਛੱਡ ਨਹੀਂ ਹੋ ਸਕਦਾ, ਵਿਲ ਪਾਵਰ ਦੇ ਨਾਲ ਨਹੀਂ ਛੱਡ ਹੋ ਸਕਦਾ। ਸੋਚੋ ਕਿਤੇ ਕੋਈ ਇੱਕ ਅੱਧਾ ਬੰਦਾ ਹੋਏਗਾ ਜਿਹੜਾ ਕਰ ਦੇਵੇ, ਤੇ ਪਰ 99% ਲੋਕ ਆਪਣੇ ਬਲ ਦੇ ਨਾਲ ਛੱਡ ਨਹੀਂ ਸਕਦੇ। ਦੋ ਦਿਨ ਛੱਡ ਦੋਗੇ, ਚਾਰ ਦਿਨ ਛੱਡ ਦੋਗੇ, 10 ਦਿਨ ਛੱਡ ਦੋਗੇ, ਉਸ ਤੋਂ ਬਾਅਦ ਫਿਰ ਇੱਕ ਅੰਦਰ ਇੱਕ ਉਬਾਲਾ ਆਏਗਾ ਕਿ ਨਹੀਂ ਮੈਂ ਹੁਣ ਆਹ ਪਾਪ ਕਰ ਲਵਾਂ, ਮੈਂ ਹੁਣ ਆਹ ਮਨ, ਮੇਰਾ ਮਨ ਕਰ ਰਿਹਾ ਜਾਂ ਮੈਂ ਆਹ ਕਰ ਲਵਾਂ, ਉਹ ਕਰ ਲਵਾਂ, ਫਲਾਣਾ ਠੀਕ। ਪਰ ਜਦੋਂ ਤੁਸੀਂ ਖੁਦਾਵਾਂ ਦੀ ਕਿਰਪਾ ਦੇ ਨਾਲ ਛੁਡਾਏ ਗਏ ਤਾਂ ਫਿਰ ਉਹ ਫੋਰ ਐਵਰ ਆ, ਸਾਰਾ ਚਰਚ ਬੋਲੇ, ਉਹ ਫਿਰ ਸਦਾ ਦਾ ਛੁਟਕਾਰਾ ਹੈ, ਥੋੜੇ ਸਮੇਂ ਦਾ ਨਹੀਂ ਹੈ, ਥੋੜੇ ਦਿਨਾਂ ਦਾ, ਹਫ਼ਤਿਆਂ ਦਾ, ਮਹੀਨਿਆਂ ਦਾ ਨਹੀਂ ਆ, ਉਹ ਫਿਰ ਸਦਾ ਦਾ ਛੁਟਕਾਰਾ ਹੈ। ਔਰ ਉਹ ਛੁਟਕਾਰਾ ਹੀ ਤੁਹਾਨੂੰ ਇੱਕ ਦਿਨ ਸਵਰਗ ਦੇ ਵਿੱਚ ਲੈ ਜਾਏਗਾ, ਸਾਰਾ ਚਰਚ ਬੋਲੇ। ਮੈਂ ਕਿਹਾ ਸਾਰਾ ਚਰਚ ਬੋਲੇ, ਹਾਲੇਲੂਇਆ। ਦੂਸਰਾ ਪਤਰਸ ਦਾ ਪੁਸਤਕ, ਉਹਦਾ 2 ਨੰਬਰ ਅਧਿਆਇ ਮੇਰੇ ਨਾਲ ਖੋਲੀਏ ਜ਼ਰਾ। ਸਭ ਨੂੰ ਮਿਲ ਗਿਆ?
ਦੂਸਰਾ ਪਤਰਸ ਦਾ ਪੁਸਤਕ ਉਹਦਾ 2 ਨੰਬਰ ਅਧਿਆਇ ਔਰ ਉਹਦਾ 20 ਨੰਬਰ ਪੰਕਤ ਸੁਣੀਏ ਬੜੇ ਧਿਆਨ ਦੇ ਨਾਲ। ਦੂਸਰਾ ਪਤਰਸ ਉਹਦਾ 2 ਨੰਬਰ ਅਧਿਆਇ ਉਹਦਾ 20 ਨੰਬਰ ਪੰਕਤੀ ਤੋਂ ਆਪਾਂ ਪੜ੍ਹਨਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਲਿਖਿਆ ਜੇਕਰ, ਲਿਖਿਆ ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਹਠਾੜੂ ਹੋ ਜਾਣ ਤਾਂ ਉਹਨਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਏਗਾ। ਕਿਹੜਾ ਕੀ ਸਮਝਦੇ ਬਚਨ? ਮਤਲਬ ਅਗਰ ਖੁਦਾ ਨੇ ਤੁਹਾਨੂੰ ਨਸ਼ੇ ਤੋਂ ਆਜ਼ਾਦ ਕੀਤਾ ਔਰ ਤੁਸੀਂ ਛੁਟਕਾਰਾ ਪਾ ਕੇ ਫਿਰ ਮਹੀਨਿਆਂ ਬਾਅਦ ਤੁਸੀਂ ਫਿਰ ਨਸ਼ਾ ਕਰੋ, ਤੁਹਾਨੂੰ ਵਿਚਾਰ ਤੋਂ ਆਜ਼ਾਦ ਕੀਤਾ ਥੋੜੇ ਸਮੇਂ ਬਾਅਦ ਫਿਰ ਤੁਸੀਂ ਵਿਚਾਰ ਕਰੋ, ਗਾਲਾਂ ਕੱਢਣ ਤੋਂ ਆਜ਼ਾਦ ਕੀਤਾ ਥੋੜੇ ਸਮੇਂ ਬਾਅਦ ਫਿਰ ਤੁਸੀਂ ਗਾਲਾਂ ਕੱਢੋ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਹੁਣ ਤੁਹਾਨੂੰ ਸਮਝ ਆਏਗਾ, ਮੈਂ ਫਿਰ ਤੋਂ ਪੜ੍ਹਦਾ। ਕਹਿੰਦਾ ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦਮੰਦ ਤੋਂ ਛੁੱਟ ਕੇ ਮਤਲਬ ਬਚ ਕੇ ਉਸ ਵਿੱਚ ਮੁੜ ਕੇ ਫਸਣ, ਸੰਸਾਰਕ ਗੱਲਾਂ ਦੇ ਵਿੱਚ, ਸੰਸਾਰਕ ਕਾਮਨਾਵਾਂ ਦੇ ਵਿੱਚ, ਕਹਿੰਦਾ ਮੁੜ ਕੇ ਫਸਣ ਅਤੇ ਹਠਾੜੂ ਹੋ ਜਾਣ ਤਾਂ ਉਹਨਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਵੀ ਬੁਰਾ ਹੋਇਆ। ਲਿਖਿਆ ਕਿਉਂ ਜੋ ਧਰਮ ਦਾ ਮਾਰਗ ਨਾ ਹੀ ਜਾਣਨਾ, ਇਸ ਨਾਲੋਂ ਚੰਗਾ ਸੀ ਭਈ ਉਹਨੂੰ ਜਾਣ ਕੇ ਉਸ ਪਵਿੱਤਰ ਆਗਿਆ ਤੋਂ ਜੋ ਉਹਨਾਂ ਨੂੰ ਕੀਤੀ ਗਈ ਸੀ ਫਿਰ ਜਾਣ। ਕਹਿੰਦਾ ਚੰਗਾ ਹੁੰਦਾ ਨਾ ਹੀ ਜਾਣਦਾ, ਜਾਣਨ ਤੋਂ ਬਾਅਦ ਵੀ ਅਗਰ ਉਹਦੇ ਵਿੱਚ ਜਾਣਾ ਸੀਗਾ ਪੁਰਾਣੀ ਇਨਸਾਨੀਅਤ ਦੇ ਵਿੱਚ। ਲਿਖਿਆ ਇਹ ਸੱਚੀ ਕਹੋਤ ਉਹਨਾਂ ਦੇ ਉੱਤੇ ਠੀਕ ਬਹਿੰਦੀ ਆ ਭਈ ਕੁੱਤਾ ਆਪਣੀ ਉੱਪਰ ਛੱਲ ਵੱਲ ਮੁੜਿਆ ਅਤੇ ਨਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਮੁੜ ਗਏ। ਕਿੰਨਿਆਂ ਨੂੰ ਸਮਝ ਆ ਗਿਆ? ਜਿਹੜੇ ਰਿਪੀਟ ਪਾਪ ਕਰਦੇ ਆ, ਅੱਜ ਨਸ਼ਾ ਕਰ ਲਿਆ ਫਿਰ ਆਪਣਾ ਮਨ ਬਣਾਉਂਦੇ ਕਿ ਨਹੀਂ ਯਾਰ ਇਹ ਛੱਡ ਦੇਣਾ, ਵਿਚਾਰ ਕਰਦੇ ਆ ਬਾਅਦ ਚੋਂ ਵਿਚਾਰ ਵੀ ਕਰਦੇ ਆ ਕਿ ਨਹੀਂ ਇਹ ਛੱਡ ਦੇਣਾ, ਪਾਸਟਰ ਨੇ ਸੁਣਾਇਆ ਬਚਨ, ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ, ਅੱਜ ਤੋਂ ਬਾਅਦ ਵਿਚਾਰ ਨਹੀਂ ਕਰਨਾ, ਅੱਜ ਤੋਂ ਬਾਅਦ ਪਾਪ ਨਹੀਂ ਕਰਨਾ, ਅੱਜ ਤੋਂ ਬਾਅਦ ਕਿਤੇ ਹੋਰ ਨਹੀਂ ਮੱਥਾ ਟੇਕਣਾ ਜਾਂ ਸਿਰ ਨਹੀਂ ਚੁਕਾਉਣਾ। ਤੇ ਫਿਰ 2-3-4 ਦਿਨਾਂ ਦੇ ਬਾਅਦ, 5 ਦਿਨਾਂ ਦੇ ਬਾਅਦ, 7 ਦਿਨਾਂ ਦੇ ਬਾਅਦ ਫਿਰ ਤੋਂ ਦੁਬਾਰਾ ਉਹੀ ਪਾਪ, ਫਿਰ ਤੋਂ ਦੁਬਾਰਾ ਉਹੀ ਗਲਤੀਆਂ, ਫਿਰ ਤੋਂ ਦੁਬਾਰਾ ਉਹੀ ਉਲਝਣਾਂ, ਫਿਰ ਤੋਂ ਦੁਬਾਰਾ ਉਹੀ ਗੁਨਾਹ, ਉਹੀ ਵਿਚਾਰ, ਉਹੀ ਨਸ਼ਾ, ਉਹੀ ਪਾਪ, ਉਹੀ ਗਾਲਾਂ, ਉਹੀ ਕੰਮ। ਤੇ ਬਾਈਬਲ ਕਹਿੰਦਾ ਫਿਰ ਠੀਕ ਕਹੋਤ ਉਹਨਾਂ ਦੇ ਉੱਪਰ ਬੈਠਦੀ ਆ ਕਿ ਸੂਰਨੀ ਨੂੰ ਨਲਾਇਆ ਤੇ ਫਿਰ ਉਹ ਜਾ ਕੇ ਚਿੱਕੜ ਦੇ ਵਿੱਚ ਬੈਠ ਗਈ ਤੇ ਕੁੱਤਾ ਆਪਣੀ ਉਲਟੀ ਨੂੰ ਦੁਬਾਰਾ ਤੋਂ ਖਾਂਦਾ। ਕਹਿੰਦਾ ਇਹ ਕਹਾਵਤ ਉਹਨਾਂ ਦੇ ਉੱਪਰ ਠੀਕ ਬਹਿੰਦੀ ਆ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਨਰਕ ਜਾਣ ਤੋਂ ਕੋਈ ਵੀ ਬਚਾ ਜਿਹੜਾ ਰਿਪੀਟ ਪਾਪ ਕਰਦਾ। ਤੌਬਾ ਕਰਨ ਤੋਂ ਬਾਅਦ, ਬਾਈਬਲ ਨੂੰ ਪੜ੍ਹਨ ਤੋਂ ਬਾਅਦ, ਸੰਗਤੀ ਕਰਨ ਤੋਂ ਬਾਅਦ, ਆਤਮਾ ਪਾਉਣ ਤੋਂ ਬਾਅਦ, ਪ੍ਰਭੂ ਦੇ ਨਾਲ ਚੱਲਣ ਤੋਂ ਬਾਅਦ ਜਿਹੜੇ ਲੋਕ ਦੁਬਾਰਾ ਤੋਂ ਪੁਰਾਣੀ ਜ਼ਿੰਦਗੀ ਦੇ ਵਿੱਚ ਚਲੇ ਜਾਂਦੇ ਆ, ਪੁਰਾਣੇ ਕੰਮਾਂ ਦੇ ਵਿੱਚ ਚਲੇ ਜਾਂਦੇ ਆ, ਪੁਰਾਣੀ ਇਨਸਾਨੀਅਤ ਦੇ ਵਿੱਚ ਚਲੇ ਜਾਂਦੇ ਆ, ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਨਰਕ ਦੇ ਵਿੱਚ ਜਾਣ ਤੋਂ ਕੋਈ ਵੀ ਬਚਾ ਨਹੀਂ ਸਕਦਾ। ਕਿੰਨੀਆਂ ਵਰਸਿਸ ਹੋ ਗਈਆਂ? ਹਾਂ, ਕਿੰਨੀਆਂ ਹੋ ਗਈਆਂ? 5। ਠੀਕ, ਮਤਲਬ ਧਿਆਨ ਦੇ ਨਾਲ ਤੁਸੀਂ ਸੁਣਦੇ ਪਏ ਹੋ। ਸੰਤ ਲੂਕਾ ਦਾ ਅੰਜੀਲ ਉਹਦਾ 16 ਨੰਬਰ ਅਧਿਆਇ ਮੇਰੇ ਨਾਲ ਖੋਲੀਏ, ਬਸ ਆਪਾਂ ਫ੍ਰੀ ਆ 10 ਮਿੰਟ ਦਾ।
ਸੰਤ ਲੂਕਾ ਦਾ ਅੰਜੀਲ ਉਹਦਾ 16 ਨੰਬਰ ਅਧਿਆਇ ਔਰ ਉਹਦਾ 26 ਨੰਬਰ ਪੰਕਤੀ। ਸਮਾਂ ਨਹੀਂ ਹੈ ਕਿ ਸਾਰਾ ਪੜ੍ਹਾਵਾਂ, ਕੁਝ ਲੋਕ ਜਾਣਦੇ ਆ ਕੁਝ ਨਹੀਂ ਜਾਣਦੇ, ਪਰ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ, ਬਾਕੀ ਤੁਸੀਂ ਆਪਣੇ ਘਰ ਜਾ ਕੇ ਬਾਈਬਲ ਚੋਂ ਪੜ੍ਹ ਲੈਣਾ। ਇੱਥੇ ਦੋ ਵਿਅਕਤੀਆਂ ਦੀ ਗੱਲ ਹੋ ਰਹੀ ਹੈ, ਇੱਕ ਧਨੀ ਆ ਵਿਅਕਤੀ ਤੇ ਇੱਕ ਬਹੁਤ ਗਰੀਬ ਆ, ਕੰਗਾਲ ਆ, ਬਿਮਾਰ ਆ, ਲੇਕਿਨ ਉਹ ਧਰਮੀ ਆ ਜਿਹਦਾ ਨਾਮ ਲਾਜ਼ਰ ਹੈ। ਦੋ ਵਿਅਕਤੀ ਦੀ ਗੱਲ ਹੋ ਰਹੀ ਹੈ, ਕਿੰਨੇ ਕਿੰਨੇ ਬੋਲਦੇ ਨੀ, ਦੋ ਵਿਅਕਤੀਆਂ ਦੀ ਗੱਲ ਹੋ ਰਹੀ ਹੈ, ਇੱਕ ਬਹੁਤ ਅਮੀਰ ਆ ਔਰ ਇੱਕ ਬਹੁਤ ਗਰੀਬ ਆ, ਕੰਗਾਲ ਆ, ਭੁਖਾਰੀ ਆ, ਸਮਝ ਲਓ, ਬਟ ਉਹ ਧਰਮੀ ਆ। ਦੋ ਬੰਦਿਆਂ ਦੀ ਗੱਲ ਹੋ ਰਹੀ ਹੈ, ਔਰ ਜਿਹੜਾ ਅਮੀਰ ਆ ਧਨੀ ਆ ਉਹਨੂੰ ਰੱਬ ਦਾ ਡਰ ਨਹੀਂ ਆ, ਰੱਬ ਦਾ ਖੌਫ ਨਹੀਂ ਆ, ਆਪਣੀ ਮਨ ਮਰਜ਼ੀ ਦੇ ਨਾਲ ਜ਼ਿੰਦਗੀ ਜੀ ਰਿਹਾ ਆ, ਐਸ਼ ਪ੍ਰਸਤੀ ਕਰ ਰਿਹਾ ਆ, ਜੋ ਖੁਦ ਨੂੰ ਚੰਗਾ ਲੱਗਦਾ ਉਹੀ ਕਰ ਰਿਹਾ ਆ, ਪਰ ਰੱਬ ਦੀ ਮਰਜ਼ੀ ਦੇ ਅਨੁਸਾਰ ਜ਼ਿੰਦਗੀ ਜੀ ਨਹੀਂ ਰਿਹਾ ਆ। ਤੇ ਬਾਈਬਲ ਕਹਿੰਦਾ ਮਰ ਗਿਆ ਧਨੀ ਬੰਦਾ, ਮਰ ਗਿਆ, ਔਰ ਜਿਹੜਾ ਉਹਦੇ ਗੇਟ ਦੇ ਬਾਹਰ ਬੈਠਦਾ ਸੀਗਾ ਉਹ ਵੀ ਇੱਕ ਦਿਨ ਮਰ ਗਿਆ। ਧਰਮੀ ਬੰਦਾ ਵੀ ਮਰ ਗਿਆ, ਧਰਮੀ ਬੰਦਾ ਮਰਨ ਤੋਂ ਬਾਅਦ ਸਵਰਗ ਦੇ ਵਿੱਚ ਗਿਆ, ਔਰ ਜਿਹੜਾ ਧਨੀ ਬੰਦਾ ਸੀ ਉਹ ਮਰਨ ਤੋਂ ਬਾਅਦ ਕਿੱਥੇ ਗਿਆ, ਕਿੱਥੇ ਗਿਆ, ਨਰਕ ਦੇ ਵਿੱਚ ਗਿਆ। ਔਰ ਨਰਕ ਦੇ ਵਿੱਚ ਜਾ ਕੇ ਉਹ ਕੀ ਗੱਲ ਕਰਦਾ ਪਿਆ ਆ, ਕੀ ਗੱਲ ਕਰਦਾ ਰੱਬ ਨੂੰ, ਅਬਰਾਹਮ ਨੂੰ ਕੀ ਸ਼ਬਦ ਬੋਲਦਾ ਪਿਆ, ਉਹਦੇ ਬਾਰੇ ਵਿਚਾਰ ਕਰਨਾ ਆ। ਸੰਤ ਲੂਕਾ ਦਾ ਅੰਜੀਲ ਉਹਦਾ 16 ਨੰਬਰ ਅਧਿਆਇ ਔਰ ਉਹਦਾ 26 ਨੰਬਰ ਪੜ੍ਹੀ ਲਿਖਿਆ, ਇਸ ਤੋਂ ਬਾਅਦ ਸਾਡੇ ਔਰ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਆ, ਤਾਂ ਜੋ ਉਹ ਜਿਹੜੇ ਇੱਥੇ ਤੁਹਾਡੇ ਕੋਲ ਪਾਰ ਲੰਘਣਾ ਚਾਹੁਣ ਉਹ ਨਾ ਲੰਘ ਸਕਣ, ਤੇ ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆਉਣ। ਹਲੇਲੂਇਆ, ਕਿੰਨਿਆਂ ਨੂੰ ਸਮਝ ਆ ਰਿਹਾ, ਮਤਲਬ ਨਰਕ ਔਰ ਸਵਰਗ ਦੇ ਵਿੱਚ ਇੱਕ ਖੱਡ ਆ, ਮਤਲਬ ਮਰਨ ਤੋਂ ਬਾਅਦ ਇੱਕ ਬੰਦਾ ਨਰਕ ਦੇ ਵਿੱਚ ਚਲਾ ਗਿਆ ਅਗਰ ਪਾਪ ਚੋਂ ਮਰ ਗਿਆ, ਤੇ ਉੱਥੇ ਜਾ ਕੇ ਉਹ ਜਿੰਨੀ ਮਰਜ਼ੀ ਤੌਬਾ ਕਰੀ ਜਾਵੇ, ਜਿੰਨਾ ਮਰਜ਼ੀ ਰੋ ਰੋ ਕੇ ਖੁਦਾ ਨੂੰ ਕਵੇ ਕਿ ਮੈਂ ਗਲਤ ਆ, ਮੈਂ ਗਲਤੀ ਕੀਤੀ ਆ, ਮੈਨੂੰ ਸ਼ਮਾ ਕਰ ਦੇ, ਪਰ ਬਾਈਬਲ ਕਹਿੰਦਾ ਉਸ ਤੋਂ ਬਾਅਦ ਕੋਈ ਵੀ ਅਦਲਾ ਬਦਲੀ ਉਸ ਵਿਅਕਤੀ ਨੂੰ ਨਰਕ ਤੋਂ ਸਵਰਗ ਦੇ ਵਿੱਚ ਕੋਈ ਵੀ ਲੈ ਕੇ ਜਾ ਨਹੀਂ ਸਕਦਾ। ਜਿਉਂਦੇ ਜੀ, ਹਾਂ ਜਿਉਂਦੇ ਜੀ ਤੁਸੀਂ ਤੌਬਾ ਕਰ ਸਕਦੇ ਆ, ਜਿਉਂਦੇ ਜੀ ਤੁਸੀਂ ਆਪਣਾ ਮਨ ਫਿਰਾ ਸਕਦੇ ਆ, ਜਿਉਂਦੇ ਜੀ ਤੁਸੀਂ ਆਪਣਾ ਜੀਵਨ ਪ੍ਰਭੂ ਨੂੰ ਦੇ ਸਕਦੇ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਕਿੰਨਿਆਂ ਨੂੰ ਸਮਝ ਆ ਰਹੀ ਹੈ, ਨਰਕ ਦੇ ਵਿੱਚ ਸੜਦਾ ਹੋਇਆ, ਕਲਪਦਾ ਹੋਇਆ, ਇਬਰਾਹਿਮ ਨੂੰ ਆਖਦਾ ਕਿ ਲਾਜ਼ਰ ਨੂੰ ਕਹਿ ਵੀ ਮੈਂ ਨਰਕ ਦੇ ਵਿੱਚ ਕਲਪਦਾ ਪਿਆ ਅੱਗ ਦੇ ਵਿੱਚ, ਕਿ ਉਹ ਆਪਣੀ ਉਂਗਲੀ ਦਾ ਇੱਕ ਪੋਟਾ ਪਾਣੀ ਦੇ ਵਿੱਚ ਡੋਬ ਕੇ ਇੱਕ ਬੂੰਦ ਮੇਰੀ ਜੀਭ ਤੇ ਲਾ ਦੇਵੇ ਕਿ ਮੈਨੂੰ ਥੋੜਾ ਜਿਹਾ ਕੀ ਮਿਲ ਜਾਵੇ, ਆਰਾਮ ਮਿਲ ਜਾਵੇ, ਸਕੂਨ ਮਿਲ ਜਾਵੇ, ਕਿਉਂਕਿ ਮੈਂ ਨਰਕ 'ਚ ਬਹੁਤ ਕਲਪਦਾ ਪਿਆ। ਕਹਿੰਦਾ ਮੈਨੂੰ ਇੰਨੀ ਪ੍ਰਵਾਨਗੀ ਦੇ, ਮੈਨੂੰ ਇੱਕ ਸਕਿੰਟ ਲਈ, ਮਿੰਟ ਲਈ ਧਰਤੀ ਤੇ ਭੇਜ ਦਿੱਤਾ ਜਾਵੇ, ਮੈਂ ਜਾ ਕੇ ਆਪਣੇ ਭੈਣ ਭਰਾਵਾਂ ਨੂੰ ਦੱਸਾਂ, ਮਾਂ ਬਾਪ ਨੂੰ ਦੱਸਾਂ ਕਿ ਜੋ ਮੈਂ ਜ਼ਿੰਦਗੀ ਜੀ ਕੇ ਆਇਆ ਤੁਸੀਂ ਨਾ ਜੀਓ, ਮੈਂ ਨਰਕ 'ਚ ਕਲਪਦਾ ਪਿਆ ਆ। ਤੇ ਇਬਰਾਹਿਮ ਨੇ ਫਿਰ ਕੀ ਆਖਿਆ, ਕਹਿੰਦਾ ਉਹਨਾਂ ਨੂੰ ਦੱਸਣ ਦੇ ਲਈ ਪਾਸਟਰ ਨਿਯੁਕਤ ਆ, ਨਬੀ ਨਿਯੁਕਤ ਆ, ਰੱਬ ਦੇ ਬੰਦੇ ਧਰਤੀ ਦੇ ਉੱਪਰ ਹੈਗੇ ਆ ਦੱਸਣ ਦੇ ਲਈ। ਫਿਰ ਉਹ ਕੀ ਕਹਿੰਦਾ, ਕਹਿੰਦਾ ਨਹੀਂ ਕੋਈ ਕੋਈ ਮੁਰਦਿਆਂ ਦੇ ਵਿੱਚੋਂ ਜੀ ਉੱਠ ਕੇ ਜਾਵੇ ਤਾਂ ਉਹ ਯਕੀਨ ਕਰਨਗੇ। ਕਿੰਨਿਆਂ ਨੇ ਪੜਿਆ ਵਾਈ ਉਹਦੇ ਵਿੱਚ, ਏਦਾਂ ਕਰਕੇ ਉਹ ਤਾਂ ਨਹੀਂ ਆਖਦਾ। ਕਹਿੰਦਾ ਉਹਨਾਂ ਦੇ ਕੋਲ ਨਬੀ ਹੈਗੇ ਆ, ਖੁਦਾ ਦੇ ਪਾਸਟਰ ਹੈਗੇ, ਪ੍ਰਚਾਰਕ ਹੈਗੇ ਆ, ਉਹਨਾਂ ਦੀ ਗੱਲ ਦੇ ਉੱਪਰ ਯਕੀਨ ਕਰਨ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਆ, ਬੋਲੋ ਹਾਲੇਲੂਇਆ। ਮਤਲਬ ਇਸ ਤਰ੍ਹਾਂ ਦੇ ਵਿਅਕਤੀ ਨੂੰ ਵੀ ਕੋਈ ਨਰਕ ਤੋਂ ਸਵਰਗ ਤੱਕ ਨਹੀਂ ਲੈ ਕੇ ਜਾ ਸਕਦਾ।
ਨਰਕ ਦੇ ਵਿੱਚ ਸੜਨ ਤੋਂ ਕੋਈ ਬਚਾ ਨਹੀਂ ਸਕਦਾ ਜਿਹਨੇ ਜਿਉਂਦੇ ਜੀ ਤੌਬਾ ਨਹੀਂ ਕੀਤੀ, ਜਿਹਨੇ ਜਿਉਂਦੇ ਜੀ ਆਪਣਾ ਮਨ ਨਹੀਂ ਫੇਰਾਇਆ। ਬੋਲੋ ਹਾਲੇਲੂਇਆ। ਲਾਸਟ ਵਰਸ ਮੇਰੇ ਨਾਲ ਓਪਨ ਕਰੀਏ, ਲੋਕਾਂ ਦਾ ਅੰਜੀਲ ਉਹਦਾ 18 ਨੰਬਰ ਅਧਿਆਇ। ਇਸ ਤੋਂ ਬਾਅਦ ਤੁਸੀਂ ਤੇ ਮੈਂ ਫ੍ਰੀ ਹਾਂ। ਹਾਂ, ਅਗਰ ਤੁਸੀਂ ਘਮੰਡ ਕਰ ਲਓ ਤੇ ਤੁਸੀਂ ਮਾਫੀ ਦੇ ਹੱਕਦਾਰ ਵੀ। ਅਗਰ ਮੰਨ ਲਓ, ਵਿਚਾਰ ਕਰ ਲਓ, ਨਸ਼ਾ ਕਰ ਲਓ, ਕਿਸੇ ਨੂੰ ਬੁਰਾ ਦੇਖ ਲਓ, ਬੁਰਾ ਬੋਲ ਦੋ, ਬੁਰਾ ਕਰ ਲਓ, ਉਹਦੇ ਨਿਮੇ ਤੋਂ ਮਾਫੀ ਹੈਗੀ ਆ ਕਿ ਜਦੋਂ ਬੰਦਾ ਮੰਨ ਲਵੇ ਕਿ ਹਾਂ ਪ੍ਰਭੂ ਮੈਂ ਗਲਤੀ ਕੀਤੀ, ਹਾਂ ਪ੍ਰਭੂ ਮੈਂ ਗੁਨਾਹਗਾਰ ਹਾਂ। ਪਰ ਬਾਈਬਲ ਕਹਿੰਦਾ ਜੇ ਉਹਨੇ ਆਤਮਾ ਦੇ ਬਾਰੇ ਬੋਲ ਦਿੱਤਾ, ਜੇ ਉਹਨੇ ਪਵਿੱਤਰ ਆਤਮਾ ਦੇ ਬਾਰੇ ਕੁਝ ਬੋਲ ਦਿੱਤਾ ਤੇ ਉਹਨੂੰ ਮਾਫੀ ਨਹੀਂ ਹੈ। ਫਿਰ ਜਿੰਨਾ ਮਰਜ਼ੀ ਨੱਕ ਰਗੜੀ ਜਾਵੇ, ਤੁਸੀਂ ਦੇਖਿਆ ਹੋਏਗਾ ਕੁਝ ਲੋਕਾਂ ਨੂੰ ਮਸੀਹ ਦੇ ਵਿੱਚ ਆ ਪਰ ਬਿਮਾਰ ਆ, ਦੁਖੀ ਆ, ਕਲਪਦੇ ਆ, ਕਰਜ਼ੇ ਦੇ ਵਿੱਚ ਆ। ਕਾਰਨ ਇਹੋ ਹੀ ਹੈ, ਕਾਰਨ ਆਹੀ ਆ। ਜਦੋਂ ਆਤਮਾ ਦੇ ਵਿਰੋਧ ਦੇ ਵਿੱਚ ਬੰਦਾ ਬੋਲਦਾ ਨਾ ਤੇ ਫਿਰ ਉਹਦੇ ਨਵੀਂ ਤੋਂ ਮਾਫੀ ਨਹੀਂ ਮਿਲਦੀ, ਫਿਰ ਸਜ਼ਾ ਮਿਲਦੀ ਹੈ। ਤੁਸੀਂ ਦੇਖਿਆ ਹੋਏਗਾ ਬਹੁਤੇ ਲੋਕਾਂ ਨੂੰ। ਸੰਤ ਲੂਕਾ ਦਾ ਅੰਜੀਲ ਉਹਦਾ 18 ਨੰਬਰ ਅਧਿਆਇ, ਉਹਦਾ 9 ਨੰਬਰ ਪੰਕਤੀ ਜਦੋਂ ਮੈਂ ਪੜ੍ਹਦਾ ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਇੱਥੇ ਵੀ ਦੋ ਬੰਦਿਆਂ ਦੀ ਗੱਲ ਹੋ ਰਹੀ ਆ। ਕਿੰਨੇ ਕਿੰਨੇ? ਦੋ ਬੰਦਿਆਂ ਦੀ ਗੱਲ ਹੋ ਰਹੀ ਆ, ਸੁਣਨਾ। ਕਹਿੰਦਾ ਉਸਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ, ਕਿਹਦੇ ਉੱਪਰ? ਕਿਹਦੇ ਉੱਪਰ? ਆਪਣੇ ਉੱਤੇ ਭਰੋਸਾ ਰੱਖਦੇ ਸਨ ਕਿ ਮੇਰੇ ਜਿੰਨਾ ਕੋਈ ਵੀ ਚੰਗਾ ਨਹੀਂ, ਮੇਰੇ ਜਿੰਨਾ ਕੋਈ ਵੀ ਵਧੀਆ ਨਹੀਂ, ਮੇਰੇ ਜਿੰਨਾ ਕੋਈ ਲੰਗਰ ਨਹੀਂ ਲਗਾਉਂਦਾ, ਮੇਰੇ ਜਿੰਨਾ ਕੋਈ ਦਾਨ ਨਹੀਂ ਕਰਦਾ, ਮੇਰੇ ਜਿੰਨਾ ਕੋਈ ਮਦਦ ਨਹੀਂ ਕਰਦਾ, ਮੇਰੇ ਜਿੰਨਾ ਕੋਈ ਚੰਗਾ ਨਹੀਂ ਹੈ, ਜਿਹੜੇ ਆਪਣੇ ਆਪ ਦੇ ਉੱਪਰ ਭਰੋਸਾ ਰੱਖਦੇ ਸੀਗੇ। ਸੁਣਨਾ ਧਿਆਨ ਦੇ ਨਾਲ। ਕਹਿੰਦਾ ਉਸਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਬਈ ਅਸੀਂ ਧਰਮੀ ਹਾਂ, ਕਹਿੰਦਾ ਹੋਰਨਾਂ ਨੂੰ ਤੁੱਛ ਜਾਣਦੇ ਸੀਗੇ। ਹੋਰਨਾਂ ਨੂੰ ਕੀ ਜਾਣਦੇ ਸੀਗੇ? ਤੁੱਛ ਜਾਣਦੇ ਸੀਗੇ। ਲਿਖਿਆ ਇਹ ਉਦਾਹਰਣ ਦਿੱਤਾ ਕਿ ਦੋ ਮਨੁੱਖ ਪ੍ਰਾਰਥਨਾ ਕਰਨ ਦੇ ਲਈ ਚਰਚ ਦੇ ਵਿੱਚ ਗਏ। ਕਿੱਥੇ ਗਏ? ਕਿੰਨੇ ਜਣੇ? ਪਿੱਛੋਂ ਬੋਲਦੇ ਕਿੰਨੇ ਜਣੇ? ਦੋ ਜਣੇ। ਕਿੱਥੇ ਪ੍ਰਾਰਥਨਾ ਕਰਨ ਦੇ ਲਈ ਗਏ? ਚਰਚ ਦੇ ਵਿੱਚ। ਇੱਕ ਫਰੀਸੀ ਤੇ ਦੂਸਰਾ ਚੁੰਗੀ ਲੈਣ ਵਾਲਾ ਮਸੂਲੀਆ। ਦੋ ਵਿਅਕਤੀ ਹੈਕਲ ਦੇ ਵਿੱਚ ਪ੍ਰਾਰਥਨਾ ਕਰਨ ਦੇ ਲਈ ਗਏ। ਇੱਕ ਫਰੀਸੀ ਸੀਗਾ ਤੇ ਦੂਸਰਾ ਮਸੂਲੀਆ ਸੀਗਾ। ਲਿਖਿਆ ਪਹਿਲੇ ਨੇ, ਫਰੀਸੀ ਨੇ ਖਲੋ ਕੇ ਆਪਣੇ ਦਿਲ ਦੇ ਵਿੱਚ ਏਦਾਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ਵਰ ਮੈਂ ਤੇਰਾ ਸ਼ੁਕਰ ਕਰਦਾ ਆ ਭਈ ਹੋਰਨਾਂ ਵਾਂਗੂ ਨਹੀਂ ਆ ਜੋ ਲੁਟੇਰੇ ਆ, ਕੁਧਰਮੀ ਆ, ਜਨਾਹਗਰ ਹਨ ਅਤੇ ਨਾ ਹੀ ਇਸ ਮਸੂਲੀਏ ਵਰਗਾ ਆ। ਮੈਂ ਹਫਤੇ ਦੇ ਵਿੱਚ ਦੋ ਵਾਰੀ ਵਰਤ ਰੱਖਦਾ ਆ ਅਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਵੀ ਦਿੰਦਾ ਆ। ਇਹ ਹੋ ਗਈ ਪਹਿਲੇ ਪਰਸਨ ਦੀ ਦੁਆ, ਪਹਿਲੇ ਪਰਸਨ ਦੀ ਪ੍ਰੇਅਰ ਹੋ ਗਈ ਚਰਚ ਦੇ ਵਿੱਚ। ਔਰ ਦੂਸਰਾ ਹੁਣ ਪਰਸਨ ਆਇਆ ਖੁਦਾ ਦੇ ਸਾਹਮਣੇ ਔਰ ਦੁਆ ਕਰਦਾ, ਕਹਿੰਦਾ ਉਸ ਮਸੂਲੀਏ ਨੇ ਕੁਝ ਫਰਕ ਦੇ ਨਾਲ ਖੜੋ ਕੇ ਇੰਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਆਕਾਸ਼ ਦੇ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪੇਟਦਾ ਹੋਇਆ ਔਰ ਇਹ ਕਹਿੰਦਾ ਸੀਗਾ ਕਿ ਹੇ ਪਰਮੇਸ਼ਵਰ ਮੈਂ ਪਾਪੀ ਹਾਂ, ਮੇਰੇ ਉੱਤੇ ਕੀ ਕਰ? ਮੈਂ ਪਾਪੀ ਹਾਂ, ਮੇਰੇ ਉੱਤੇ ਕੀ ਕਰ? ਦਇਆ ਕਰ। ਯਿਸੂ ਮਸੀਹ ਕਹਿੰਦੇ ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ। ਤੇ ਧਰਮੀ ਬੰਦਾ ਨਰਕ ਨਹੀਂ ਜਾਂਦਾ, ਕਿੱਥੇ ਜਾਂਦਾ? ਕਿੱਥੇ ਜਾਂਦਾ? ਸਵਰਗ ਦੇ ਵਿੱਚ। ਜਿਹੜਾ ਧਰਮੀ ਨਹੀਂ ਠਹਿਰਦਾ ਉਹ ਕਿੱਥੇ ਜਾਂਦਾ?
ਨਰਕ ਦੇ ਵਿੱਚ ਜਾਂਦਾ ਆ ਤੇ ਨਰਕ ਦੇ ਵਿੱਚ ਜਾਣ ਤੋਂ ਉਹਨੂੰ ਕੋਈ ਵੀ ਬਚਾ ਨਹੀਂ ਸਕਦਾ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਕਿ ਮੇਰੇ ਜਿੰਨਾ ਕੋਈ ਦੁਆ ਨਹੀਂ ਕਰ ਸਕਦਾ, ਮੇਰੇ ਜਿੰਨਾ ਕੋਈ ਬਾਈਬਲ ਨਹੀਂ ਪੜ੍ਹ ਸਕਦਾ, ਮੇਰੇ ਜਿੰਨਾ ਕੋਈ ਦਾਨ ਦਸਵੰਤ ਨਹੀਂ ਦੇ ਸਕਦਾ, ਮੈਂ ਇਮਾਨਦਾਰ ਹਾਂ, ਮੈਂ ਵਫਾਦਾਰ ਹਾਂ, ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਆ। ਮੈਂ ਚਰਚ ਦੇ ਕਰੀਬ ਹਾਂ, ਮੈਂ ਪਾਸਟਰ ਦੇ ਕਰੀਬ ਹਾਂ, ਮੈਂ ਆਹ ਵੀ ਕੰਮ ਕਰਦਾ, ਉਹ ਵੀ ਕੰਮ ਕਰਦੀ ਹਾਂ, ਜਾਂ ਇਹ ਵੋ ਲੱਟ ਜੋ ਵੀ। ਬਾਈਬਲ ਕਹਿੰਦਾ ਇੱਦਾਂ ਦਾ ਬੰਦਾ ਸਵਰਗ ਨਹੀਂ ਜਾ ਸਕਦਾ, ਜਿਹੜਾ ਆਪਣੇ ਆਪ ਦੇ ਉੱਪਰ ਭਰੋਸਾ ਰੱਖਦਾ ਔਰ ਦੂਸਰਿਆਂ ਨੂੰ ਤੁੱਛ ਸਮਝਦਾ, ਦੂਸਰਿਆਂ ਨੂੰ ਨਦਾਨ ਸਮਝਦਾ, ਦੂਸਰਿਆਂ ਨੂੰ ਉਹ ਪਾਪੀ ਸਮਝਦਾ ਆ। ਇਸ ਤਰ੍ਹਾਂ ਦੇ ਬੰਦੇ ਨੂੰ ਵੀ ਸਵਰਗ ਜਾਣ ਤੋਂ ਬਚਾਇਆ, ਨਰਕ ਜਾਣ ਦੇ ਵਿੱਚ ਬਚਾਇਆ ਨਹੀਂ ਜਾ ਸਕਦਾ। ਬੋਲੋ ਹਾਲੇਲੂਇਆ। ਲਿਖਿਆ ਮੈਂ ਤੁਹਾਨੂੰ ਆਖਦਾ ਆ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਦੇ ਵਿੱਚ ਗਿਆ। ਕਹਿੰਦਾ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਆ ਉਹ ਨੀਵਾਂ ਕੀਤਾ ਜਾਏਗਾ, ਪਰ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਆ ਸੋ ਉੱਚਾ ਕੀਤਾ ਜਾਏਗਾ। ਉਚਾਈ ਤੇ ਸਵਰਗ ਆ ਤੇ ਨੀਵਾਈ ਤੇ ਕੀ ਆ? ਨਰਕ ਆ। ਜੋ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰਦਾ ਉਹ ਨੀਵਾਂ ਕੀਤਾ ਜਾਏਗਾ, ਨਰਕ ਤੱਕ ਜਾਏਗਾ, ਨਰਕ ਤੋਂ ਉਹਨੂੰ ਕੋਈ ਵੀ ਬਚਾ ਨਹੀਂ ਸਕਦਾ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਬੋਲੋ ਹਾਲੇਲੂਇਆ। ਇਹ ਸੱਤ ਗੱਲਾਂ ਜੋ ਵਿਅਕਤੀ ਨੂੰ ਨਰਕ ਦੇ ਵਿੱਚ ਜਾਣ ਤੋਂ ਬਚਾ ਹੀ ਨਹੀਂ ਸਕਦੀਆਂ, ਜਿੰਨਾ ਮਰਜ਼ੀ ਉਹ ਕੋਸ਼ਿਸ਼ ਕਰ ਲੈਣ, ਪਹਿਲਾਂ ਇਹ ਗੱਲਾਂ ਉਹਨਾਂ ਨੂੰ ਛੱਡਣੇ ਪੈਣਗੀਆਂ। ਬਾਈਬਲ 'ਚ ਲਿਖਿਆ ਤੁਹਾਨੂੰ 6 ਦਿਨ ਦੇ ਦਿੱਤੇ ਆ। ਕਿੰਨੇ ਦਿਨ? 6 ਦਿਨ ਦੇ ਦਿੱਤੀ। ਉਹਦੇ ਵਿੱਚ ਬਿਜ਼ਨਸ ਕਰੋ, ਜੌਬ ਕਰੋ, ਕਮਾਈ ਕਰੋ, ਜਿੰਨਾ ਮਰਜ਼ੀ ਪੈਸਾ ਕਮਾਓ, ਦਿਨ ਰਾਤ ਕੰਮ ਕਰੋ, ਕੋਈ ਦਿੱਕਤ ਨਹੀਂ ਆ। ਪਰ ਕਹਿੰਦੇ ਹਫ਼ਤੇ ਦਾ ਪਹਿਲਾ ਦਿਨ, ਸੰਡੇ ਦਾ ਦਿਨ, ਉਸ ਦਿਨ ਤੁਸੀਂ ਕੀ ਕਰਨਾ? ਡਬਲ ਦਿਹਾੜੀ ਲੈਣੀ ਹੈ? ਕੀ ਕਰਨਾ ਹੈ? ਕਿਆ ਕਰਨਾ ਹੈ? ਉਸ ਦਿਨ ਸਿਰਫ ਔਰ ਸਿਰਫ ਪਰਮੇਸ਼ਵਰ ਦੀ ਕੀ ਕਰਨੀ ਹੈ? ਆਰਾਧਨਾ, ਮਹਿਮਾ ਕਰਨੀ। ਤੁਹਾਨੂੰ ਫ੍ਰੀ ਕੀਤਾ ਹੈ ਖੁਦਾ ਨੇ, ਸਿਰਫ ਮਹਿਮਾ ਆਪਣੀ ਲੈਣ ਦੇ ਲਈ, ਆਪਣੇ ਨਾਮ ਦਾ ਆਦਰ ਲੈਣ ਦੇ ਲਈ ਉਹਨੇ ਤੁਹਾਨੂੰ ਫ੍ਰੀ ਕੀਤਾ। ਪਰ ਕੁਝ ਲੋਕ ਰੱਜਦੇ ਨਹੀਂ, ਉਹ ਅੱਜ ਦੇ ਦਿਨ ਵੀ ਪਰਮੇਸ਼ਵਰ ਨੂੰ ਛੱਡ ਕੇ ਪੈਸੇ ਦੇ ਪਿੱਛੇ ਭੱਜਦੇ ਆ, ਤੇ ਕਿੱਦਾਂ ਉਹ ਸਵਰਗ ਦੇ ਵਿੱਚ ਚਲੇ ਜਾਣਗੇ? ਕਿੱਦਾਂ ਉਹ ਧਰਮੀ ਠਹਿਰ ਜਾਣਗੇ? ਜਦੋਂ ਤੱਕ ਅਸੀਂ ਖੁਦਾ ਦੇ ਹੁਕਮ ਤੋੜਦੇ ਰਵਾਂਗੇ, ਅਣਆਗਿਆਕਾਰੀ ਕਰਦੇ ਰਵਾਂਗੇ, ਤਦ ਤੱਕ ਖੁਦਾ ਤੋਂ ਅਸੀਂ ਪਿਆਰ ਨਹੀਂ ਲੈ ਸਕਦੇ। ਕਿੰਨਿਆਂ ਨੂੰ ਸਮਝ ਆ ਰਹੀ ਹੈ? ਹੁਣ ਦੁਨਿਆਵੀ ਐਗਜ਼ਾਮਪਲ ਦਿੰਦਾ ਮੈਂ। ਇੱਕ ਬਾਪ ਆ ਔਰ ਉਹਦਾ ਬੱਚਾ ਉਹਦੇ ਕਹਿਣੇ ਘਰ 'ਚ ਨਹੀਂ ਆ, ਤਾਂ ਫਿਰ ਉਹ ਜੋ ਬਾਪ ਤੋਂ ਮੰਗੇਗਾ ਬਾਪ ਕਦੀ ਵੀ ਉਹਨੂੰ ਲੈ ਕੇ ਨਹੀਂ ਦੇਗਾ। ਅਗਰ ਉਹਦੇ ਕਹਿਣੇ ਘਰ 'ਚ ਨਹੀਂ, ਉਹਨੂੰ ਦੁਖੀ ਕਰਦਾ, ਉਹਨੂੰ ਪਰੇਸ਼ਾਨ ਕਰਦਾ। ਅਗਰ ਉਹੀ ਬੱਚਾ ਬਾਪ ਦੇ ਕਹਿਣੇ ਘਰ ਦੇ ਵਿੱਚ ਆ ਤੇ ਬੱਚਾ ਜੋ ਮੰਗੇਗਾ ਬਾਪ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੱਦਾਂ ਮਰਜ਼ੀ ਇੰਤਜ਼ਾਮ ਕਰਕੇ ਦੇਗਾ। ਕਿੰਨੇ ਮੇਰੀ ਗੱਲ ਨੂੰ ਸਮਝ ਪਾਏ? ਉਸ ਤੋਂ ਵੱਧ ਕੇ ਪਰਮੇਸ਼ਵਰ ਆ। ਜਿਸ ਦਿਨ ਤੁਸੀਂ ਉਹਦੀ ਆਗਿਆਕਾਰੀ ਦੇ ਵਿੱਚ ਆ ਗਏ, ਜਿਸ ਦਿਨ ਤੁਸੀਂ ਉਹਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰਤਾ ਕਿ ਉਹ ਕੀ ਕਹਿੰਦਾ ਤੇ ਕੀ ਨਹੀਂ ਕਹਿੰਦਾ, ਕਿਹੜੇ ਕੰਮ ਕਰਨ ਦੇ ਲਈ ਕਹਿੰਦਾ ਔਰ ਕਿਹੜੇ ਕੰਮ ਕਰਨ ਦੇ ਲਈ ਨਹੀਂ ਕਹਿੰਦਾ, ਤੇ ਤੁਸੀਂ ਦੇਖਣਾ, ਤੁਸੀਂ ਬਾਈਬਲ ਨੂੰ ਪੜ੍ਹਨਾ, ਤੁਸੀਂ ਬਾਈਬਲ ਨੂੰ ਸਮਝਣਾ, ਤੁਸੀਂ ਪਰਮੇਸ਼ਵਰ ਨੂੰ ਸਮਝਣਾ ਕਿ ਤੁਹਾਨੂੰ ਉਹਨੇ ਧਰਤੀ ਤੇ ਕਿਉਂ ਭੇਜਿਆ, ਤੁਹਾਨੂੰ ਅੱਛੀ ਸੂਰਤ ਬਖਸ਼ੀ ਆ ਕਿਉਂ ਬਖਸ਼ੀ ਆ, ਤੁਹਾਨੂੰ ਅੱਜ ਤੱਕ ਉਹਨੇ ਜ਼ਿੰਦਾ ਰੱਖਿਆ, ਬਹੁਤੇ ਲੋਕ ਹਾਰਟ ਅਟੈਕ ਨਾਲ ਮਰ ਗਏ, ਸੁੱਤੇ ਰਹਿ ਗਏ, ਐਕਸੀਡੈਂਟਾਂ ਨਾਲ ਮਰ ਗਏ, ਤੁਹਾਨੂੰ ਉਹਨੇ ਕਿਉਂ ਜ਼ਿੰਦਾ ਰੱਖਿਆ ਹੈ? ਤੁਸੀਂ ਕੋਈ ਇੰਨੇ ਵੱਡੇ ਮਹਾਨ ਨਹੀਂ ਆ, ਜਾਂ ਮੈਂ ਇੰਨਾ ਵੱਡਾ ਮਹਾਨ ਨਹੀਂ ਆ ਕਿ ਤੁਹਾਨੂੰ ਮੈਨੂੰ ਅੱਜ ਤੱਕ ਜ਼ਿੰਦਾ ਰੱਖਿਆ। ਉਹਦਾ ਇੱਕ ਮਕਸਦ, ਉਹ ਸਿਰਫ ਤੁਹਾਡੇ ਤੋਂ ਆਪਣੀ ਮਹਿਮਾ ਆਰਾਧਨਾ ਚਾਹੁੰਦਾ।
ਉਹ ਤੁਹਾਡੇ ਤੋਂ ਸਿਰਫ ਆਪਣੀ ਵਡਿਆਈ ਚਾਹੁੰਦਾ ਕਿ ਤੁਸੀਂ ਉਹਦੇ ਉਪਕਾਰਾਂ ਨੂੰ ਯਾਦ ਕਰੋ ਜੋ ਉਹਨੇ ਤੁਹਾਡੇ ਮੇਰੇ ਨਾਲ ਕੀਤੇ ਆ, ਤੇ ਅੱਖਾਂ ਬੰਦ ਕਰਕੇ ਉਹਦਾ ਧੰਨਵਾਦ ਕਰੀਏ ਕਿ ਪ੍ਰਭੂ ਤੂੰ ਮੈਨੂੰ ਗਰੀਬੀ ਤੋਂ ਆਜ਼ਾਦ ਕੀਤਾ ਤੇਰਾ ਧੰਨਵਾਦ, ਮੈਨੂੰ ਬਿਮਾਰੀ ਤੋਂ ਆਜ਼ਾਦ ਕੀਤਾ ਤੇਰਾ ਧੰਨਵਾਦ, ਮੈਨੂੰ ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ ਤੇਰਾ ਧੰਨਵਾਦ, ਮੈਨੂੰ ਭੂਤਾਂ ਪ੍ਰੇਤਾਂ ਤੋਂ ਛੁਟਕਾਰਾ ਕੀਤਾ ਤੇਰਾ ਧੰਨਵਾਦ। ਸਿਰਫ ਇਹੀ ਚਾਹੁੰਦਾ, ਸਿਰਫ ਇਹੀ ਚਾਹੁੰਦਾ, ਪ੍ਰਭੂ ਤੂੰ ਮੇਰੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਤੇਰਾ ਧੰਨਵਾਦ, ਤੂੰ ਮੈਨੂੰ ਅੱਛਾ ਖਾਣ ਨੂੰ ਦਿੱਤਾ ਤੇਰਾ ਧੰਨਵਾਦ, ਅੱਛਾ ਪਹਿਨਣ ਨੂੰ ਦਿੱਤਾ ਤੇਰਾ ਧੰਨਵਾਦ, ਅੱਛਾ ਰਹਿਣ ਨੂੰ ਦਿੱਤਾ ਤੇਰਾ ਧੰਨਵਾਦ। ਸਿਰਫ ਉਹੀ ਚਾਹੁੰਦਾ, ਬਸ ਹੋਰ ਕੁਛ ਨਹੀਂ ਚਾਹੁੰਦਾ। ਹੋਰ ਮਨੁੱਖ ਕੀ ਦੇ ਸਕਦਾ ਦੱਸੋ? ਤੁਸੀਂ ਲੰਗਰ ਲਗਾਓਗੇ ਰੱਬ ਨੂੰ, ਦਓਗੇ ਕਿੱਦਾਂ ਖਿਲਾਓਗੇ ਰੱਬ ਨੂੰ ਦੱਸੋ, ਬੋਲੋ ਕੀ ਦੇ ਸਕਦਾ ਮਨੁੱਖ ਰੱਬ ਨੂੰ? ਹਾਂ, ਧੰਨਵਾਦ ਦੀ ਭੇਂਟ ਤੋਂ ਇਲਾਵਾ ਕੀ ਦੇ ਸਕਦਾ? ਦੇ ਸਕਦਾ ਕੁਛ ਦੱਸੋ, ਬੋਲੋ ਭੱਟੀ ਸਾਹਿਬ, ਕੁਛ ਦੇ ਸਕਦਾ ਬੰਦਾ? ਧੰਨਵਾਦ ਦੀ ਭੇਂਟ ਛਡਾਉਣ ਤੋਂ ਇਲਾਵਾ ਰੱਬ ਨੂੰ ਕੋਈ ਜੈਮਨ ਦੇ ਸਕਦਾ ਕੁਛ? ਅਗਰ ਤੁਹਾਡੇ ਵਿਚਾਰ ਹੋਣ, ਦਿਮਾਗ ਦੇ ਵਿੱਚ ਹੋਵੇ ਕੁਛ ਕਿ ਰੱਬ ਨੂੰ ਦੇ ਸਕਦਾ ਹੋਵੇ, ਹਾਂ ਰੀਆ ਕੁਛ ਦੇ ਸਕਦਾ ਰੱਬ ਨੂੰ? ਇੱਕ ਮਨੁੱਖ ਦੇ ਸਕਦਾ ਕੁਛ? ਕਿਉਂਕਿ ਉਹਦੇ ਦਿੱਤੇ ਸਾਹ ਤੁਸੀਂ ਲੈ ਰਹੇ ਜੇ ਅੱਜ ਸਾਹ ਕੱਢ ਲਵੇ ਤਾਂ ਇਸ ਤੋਂ ਕੋਈ ਵੀ ਫਾਇਦਾ ਨਹੀਂ ਹੈ। ਜੇ ਅਸੀਂ ਕਮਾ ਕੇ ਖਾ ਰਹੇ ਹਾਂ ਤੇ ਕੰਮ ਵੀ ਉਹਨੇ ਦਿੱਤਾ, ਕੰਮ ਕਰਨ ਦੀ ਤੰਦਰੁਸਤੀ ਵੀ ਉਹਨੇ ਦਿੱਤੀ ਹੈ, ਕੰਮ ਤੇ ਆਉਣ ਜਾਣ ਦੇ ਵਿੱਚ ਉਹਨੇ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ। ਬਹੁਤੇ ਲੋਕ ਐਕਸੀਡੈਂਟਾਂ ਦੇ ਨਾਲ ਮਰ ਜਾਂਦੇ ਆ, ਹਾਰਟ ਅਟੈਕ ਨਾਲ ਮਰ ਜਾਂਦੇ, ਸੁੱਤੇ ਰਹਿ ਜਾਂਦੇ। ਮਨੁੱਖ ਕੀ ਦੇ ਸਕਦਾ ਰੱਬ ਨੂੰ? ਜਿਹੜਾ ਪੈਸਾ ਤੁਸੀਂ ਰੱਬ ਨੂੰ ਦਓਗੇ ਉਹਦੇ ਨਾਲ ਉਹ ਖੁਸ਼ ਨਹੀਂ ਹੁੰਦਾ, ਕਹਿੰਦਾ ਉਹ ਹੋਂਟਾਂ ਦੇ ਬਲੀਦਾਨ ਦੇ ਨਾਲ ਪ੍ਰਸੰਨ ਹੁੰਦਾ, ਟੁੱਟੇ ਹਿਰਦੇ ਦੇ ਨਾਲ ਉਹਨੂੰ ਧੰਨਵਾਦ ਦੇਣਾ ਤਾਂ ਉਹ ਪ੍ਰਸੰਨ ਹੁੰਦਾ। ਕਿੰਨਿਆਂ ਨੂੰ ਸਮਝ ਆ ਰਿਹਾ? ਉਹ ਸਿਰਫ ਸ਼ੁਕਰਗੁਜ਼ਾਰੀ ਦੀ ਭੇਂਟ ਚਾਹੁੰਦਾ ਕਿ ਤੁਹਾਨੂੰ ਖੁਦਾ ਨੇ ਜ਼ਿੰਦਾ ਰੱਖਿਆ, ਤੰਦਰੁਸਤ ਰੱਖਿਆ, ਸੰਭਾਲਿਆ, ਜਿੱਦਾਂ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਰੱਬ ਨੇ ਸਾਡੀਆਂ ਜ਼ਿੰਦਗੀਆਂ 'ਚ ਬਦਲਾਅ ਕੀਤਾ, ਪੂਰੇ ਪਰਿਵਾਰ ਦੇ, ਸਾਨੂੰ ਉਹਨੇ ਹਰ ਇੱਕ ਬਰਕਤ ਦਿੱਤੀ, ਕਾਰੋਬਾਰ, ਕੋਠੀ, ਸਭ ਕੁਝ ਦਿੱਤਾ, ਕਾਰ ਸਭ ਕੁਝ ਦਿੱਤਾ ਉਹਨੇ, ਕਿਸੇ ਚੀਜ਼ ਨੂੰ ਉਹਨੇ ਛੁਪਾ ਕੇ ਨਹੀਂ ਰੱਖਿਆ, ਹਰ ਇੱਕ ਚੀਜ਼ ਨੂੰ ਲਿਆ ਕੇ ਉਹਨੇ ਕਦਮਾਂ 'ਚ ਧਰ ਦਿੱਤਾ। ਤਾਂ ਫਿਰ ਅਸੀਂ ਕਿਉਂ ਨਾ ਉਹਦਾ ਸ਼ੁਕਰ ਕਰੀਏ? ਤੇ ਮੈਂ ਤੁਹਾਨੂੰ ਕਿਉਂ ਨਾ ਦੱਸਾਂ ਕਿ ਸਿਰਫ ਉਹਦਾ ਸ਼ੁਕਰ ਕਰਨਾ ਕਿ ਯਿਸੂ ਮਸੀਹ ਤੇਰਾ ਧੰਨਵਾਦ, ਬਸ ਦੈਟਸ ਇਟ। ਔਰ ਪਾਪ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ, ਗਲਤ ਕੰਮਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ, ਗਲਤ ਸੰਗਤੀ ਤੋਂ, ਗਲਤ ਵਿਚਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ, ਦੈਟਸ ਇਟ। ਇਹੀ ਜ਼ਿੰਦਗੀ ਜੀਉਣ ਦੇ ਲਈ ਮਨੁੱਖ ਧਰਤੀ ਤੇ ਭੇਜਿਆ ਗਿਆ। ਸਾਰਾ ਚਰਚ ਬੋਲੇ, ਮੈਂ ਕਿਹਾ ਸਾਰਾ ਚਰਚ ਬੋਲੇ, ਹਾਲੇਲੂਯਾ। ਆਈਏ ਸਭ ਆਪਣੇ ਗੁੱਟਿਆਂ ਤੇ ਆ ਜਾਈਏ, ਆਖਰੀ ਪ੍ਰਾਰਥਨਾ ਦੇ ਵਿੱਚ ਚੱਲੀਏ ਮੇਰੇ ਨਾਲ। ਕੋਈ ਵੀ ਉੱਠੇ ਨਾ, ਸਿਰਫ 2 ਮਿੰਟ ਆਪਾਂ ਹੋ ਰਹੇ ਹਾਂ, ਬਸ ਮੈਂ ਤੁਹਾਡੇ ਲਈ ਬਰਕਤ ਦੀ ਦੁਆ ਮੰਗਣੀ ਹੈ। ਸਭ ਆਪਣੇ ਗੁੱਟਿਆਂ ਤੇ ਆਈਏ ਔਰ ਦੁਆ ਮੰਗੀਏ। ਬੋਲੀਏ, ਯਿਸੂ ਮਸੀਹ ਤੁਹਾਡਾ ਧੰਨਵਾਦ ਅੱਜ ਦੇ ਦਿਨ ਦੇ ਲਈ, ਅੱਜ ਦੇ ਵਚਨ ਦੇ ਲਈ। ਜਿਹਨੂੰ ਦੁਆ ਕਰਨਾ ਨਹੀਂ ਆਉਂਦਾ ਉਹ ਸੁਣੀਏ, ਮੇਰੇ ਪਿੱਛੇ ਪਿੱਛੇ ਬੋਲੀਏ, ਯਿਸੂ ਮਸੀਹ ਤੁਹਾਡਾ ਧੰਨਵਾਦ ਅੱਜ ਦੇ ਦਿਨ ਦੇ ਲਈ, ਇਸ ਜ਼ਿੰਦਗੀ ਦੇ ਲਈ, ਅੱਜ ਦੀ ਆਰਾਧਨਾ ਦੇ ਲਈ, ਸੱਚੀ ਆਰਾਧਨਾ ਦੇ ਲਈ, ਅੱਜ ਦੀ ਗਵਾਹੀਆਂ ਦੇ ਲਈ, ਅੱਜ ਦੇ ਪ੍ਰਚਾਰ ਦੇ ਲਈ, ਅੱਜ ਦੇ ਪ੍ਰਵਚਨ ਦੇ ਲਈ, ਜੋ ਤੁਸੀਂ ਸੁਣਨ ਦਾ ਮੈਨੂੰ ਬਲ ਦਿੱਤਾ, ਮੈਨੂੰ ਸਮੇਂ ਦਿੱਤਾ, ਮੈਨੂੰ ਆਪਣੇ ਕਦਮਾਂ 'ਚ ਲੈ ਕੇ ਆਏ, ਦਿਲੋਂ ਤੁਹਾਡਾ ਧੰਨਵਾਦ ਕਰਦਾ ਆ, ਦਿਲ ਤੋਂ ਤੁਹਾਡਾ ਸ਼ੁਕਰ ਕਰਦਾ ਆ, ਤੁਹਾਡਾ ਧੰਨਵਾਦ ਯਿਸੂ ਮਸੀਹ, ਤੁਹਾਡਾ ਧੰਨਵਾਦ।
ਮੈਂ ਆਪਣੇ ਪਾਪਾਂ ਨੂੰ ਮੰਨਦਾ ਆ, ਮੈਂ ਆਪਣੇ ਗੁਨਾਹਾਂ ਨੂੰ ਮੰਨਦਾ ਆ, ਮੈਂ ਜੋ ਪਿਛਲੇ ਦਿਨਾਂ 'ਚ ਗਲਤੀਆਂ ਕੀਤੀਆਂ ਮੰਨਦਾ ਆ, ਮੈਂ ਜੋ ਪਿਛਲੇ ਦਿਨਾਂ 'ਚ ਪਾਪ ਕੀਤੇ ਮੰਨਦੀ ਹਾਂ, ਮੈਨੂੰ ਆਜ਼ਾਦ ਕਰ ਮੇਰੇ ਖੁਦਾਵੰਦ। ਮੈਂ ਵਿਸ਼ਵਾਸ ਕਰਦਾ ਆ ਕਿ ਯਿਸੂ ਮਸੀਹ ਮੁਕਤੀਦਾਤਾ ਆ, ਮੈਂ ਵਿਸ਼ਵਾਸ ਕਰਦੀ ਹਾਂ ਯਿਸੂ ਮਸੀਹ ਛੁਟਕਾਰਾ ਦਿੰਦਾ ਆ, ਯਿਸੂ ਮਸੀਹ ਸਵਰਗ ਦਾ ਰਾਹ ਆ। ਪ੍ਰਭੂ ਅੱਜ ਮੈਂ ਜਾਣ ਲਿਆ, ਮੈਂ ਆਪਣਾ ਜੀਵਨ ਤੁਹਾਨੂੰ ਦਿੰਦਾ ਆ, ਮੈਂ ਆਪਣਾ ਜੀਵਨ ਤੁਹਾਨੂੰ ਦਿੰਦੀ ਹਾਂ, ਮੈਨੂੰ ਸਵੀਕਾਰ ਕਰੋ ਮੇਰੇ ਖੁਦਾਵੰਦ। ਮੈਂ ਤੁਹਾਡਾ ਧੰਨਵਾਦ ਕਰਦਾ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਸ਼ੁਕਰ ਕਰਦੀ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ। ਦੁਆ ਨੂੰ ਸੁਣਿਆ ਬਰਕਤ ਦਿੱਤੀ, ਮਸੀਹ ਯਿਸੂ ਦੇ ਨਾਮ ਵਿੱਚ ਦੁਆ ਨੂੰ ਮੰਗਦੇ ਹਾਂ। ਹਾਲੇਲੂਇਆ। ਇਸ ਰੀਤੀ ਦੇ ਨਾਲ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੀ ਸ਼ੁਕਰਗੁਜ਼ਾਰੀ ਦੀ ਭੇਂਟ ਨੂੰ ਆਪਣੇ ਹੱਥਾਂ ਦੇ ਵਿੱਚ ਲਈਏ ਔਰ ਉਤਾਹਾਂ ਉਠਾਈਏ, ਤਾਂ ਜੋ ਖੁਦਾਵੰਦ ਦੀ ਨਜ਼ਰ ਤੁਹਾਡੇ ਦਾਨ ਦੇ ਉੱਪਰ ਪਵੇ। ਜੋ ਦਾਨ ਤੁਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ, ਇਮਾਨਦਾਰੀ ਦੀ ਕਮਾਈ ਦੇ ਵਿੱਚੋਂ ਲੈ ਕੇ ਆਏ, ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਾਨ ਲੈ ਕੇ ਆਏ ਆ, ਜੋ ਵੀ ਬਲ ਦਿੱਤਾ ਖੁਦਾ ਨੇ ਤੁਹਾਨੂੰ ਕਮਾਉਣ ਦਾ, ਤੰਦਰੁਸਤੀ ਦਿੱਤੀ ਪੈਸਾ ਕਮਾਉਣ ਦਾ, ਉਹਨੂੰ ਆਪਣੇ ਹੱਥ ਦੇ ਵਿੱਚ ਫੜੀਏ ਔਰ ਆਪਣੇ ਹੱਥਾਂ ਨੂੰ ਉਠਾਹਾਂ ਉਠਾਈਏ। ਯਿਸੂ ਮਸੀਹ ਤੁਹਾਡਾ ਧੰਨਵਾਦ ਤੁਹਾਡੇ ਲੋਕਾਂ ਦੇ ਲਈ, ਜਿਹਨਾਂ ਨੂੰ ਬਾਹਿਫਾਜ਼ਤ ਤੁਸੀਂ ਆਪਣੇ ਭਵਨ 'ਚ ਲੈ ਕੇ ਆਏ, ਧੰਨਵਾਦ ਕਰਦੇ ਹਾਂ। ਮੇਰੀ ਦੁਆ ਆ ਕਿ ਬਾਹਿਫਾਜ਼ਤ ਵਾਪਸ ਰਹਿਣ, ਬਸੇਰੀਆਂ 'ਚ ਜਾਣ 'ਚ ਬੜੀ ਮਦਦ ਔਰ ਸਹਾਇਤਾ ਕਰਨਾ। ਮੈਂ ਤੁਹਾਡਾ ਦਾਸ ਹੋਣ ਦੇ ਨਾਤੇ ਤੁਹਾਡੇ ਦਿੱਤੇ ਅਧਿਕਾਰ ਦੇ ਨਾਲ ਤਮਾਮ ਐਕਸੀਡੈਂਟਾਂ ਦੁਰਘਟਨਾਵਾਂ ਨੂੰ ਰੱਦ ਕਰਦਾ ਯਿਸੂ ਮਸੀਹ ਦੇ ਨਾਮ 'ਚ ਮੇਰੇ ਪ੍ਰਭੂ। ਬਾਹਿਫਾਜ਼ਤ ਆਪਣੇ ਰਹਿਣ ਬਸੇਰੀਆਂ ਤੱਕ ਪਹੁੰਚਣ ਔਰ ਤੁਹਾਡਾ ਦਿਲੋਂ ਧੰਨਵਾਦ ਕਰਨ ਮੇਰੇ ਪ੍ਰਭੂ ਜੀ। ਅੱਜ ਤੋਂ ਬਾਅਦ ਇਹ ਸਿਰ ਸਿਰਫ ਤੁਹਾਡੇ ਅੱਗੇ ਝੁਕਾਇਆ ਜਾਏ, ਨਾ ਕਿ ਪੈਸੇ ਅੱਗੇ, ਨਾ ਕਿ ਕਿਸੇ ਮਨੁੱਖ ਅੱਗੇ। ਮੇਰੇ ਖੁਦਾਵੰਦ ਅਸੀਂ ਧੰਨਵਾਦ ਕਰਦੇ ਜੋ ਤੁਹਾਡੇ ਲੋਕ ਆਪਣੀ ਨੇਕ ਕਮਾਈ ਚੋਂ ਦਾਨ ਦਸਵਾਂਸ਼ ਲੈ ਕੇ ਆਏ, ਇਹਨੂੰ ਕਬੂਲ ਕਰ ਲੈਣਾ, ਆਸ਼ੀਸ਼ ਔਰ ਬਰਕਤ ਪਾਉਣਾ, ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ। ਖੁਦਾਵੰਦ ਇਸ ਦਾਨ 'ਤੇ ਤੁਹਾਡੀ ਨਜ਼ਰ ਪੈ ਜਾਏ, ਜਿੱਦਾਂ ਵਿਧਵਾ ਦੀ ਦੋ ਦਮੜੀਆਂ 'ਤੇ ਪਈ, ਕੋਰਨੇਲੀਅਸ ਦੇ ਦਾਨ 'ਤੇ ਤੁਹਾਡੀ ਨਜ਼ਰ ਪਈ, ਬੱਚਿਆਂ ਦੇ ਇਸ ਦਾਨ 'ਤੇ ਵੀ ਤੁਹਾਡੀ ਨਜ਼ਰ ਪੈ ਜਾਏ ਖੁਦਾਵੰਦ, ਔਰ ਬਹੁਤਾਈਤ ਦੇ ਨਾਲ ਬਰਕਤ ਮਿਲੇ ਮੇਰੇ ਪ੍ਰਭੂ ਜੀ। ਧੰਨਵਾਦ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ। ਪੈਸਾ ਤੁਹਾਡੇ ਕੰਮਾਂ 'ਚ ਤੁਹਾਡੇ ਲੋਕਾਂ ਦੇ ਉੱਪਰ ਇਸਤੇਮਾਲ ਹੋਵੇ, ਤਾਂ ਜੋ ਤੁਹਾਡੇ ਲੋਕਾਂ ਨੂੰ ਇਹਦੀ ਬਰਕਤ ਮਿਲ ਸਕੇ। ਸ਼ੁਕਰ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ, ਅੱਜ ਦੀ ਆਰਾਧਨਾ ਦੇ ਲਈ, ਅੱਜ ਦੀ ਪ੍ਰਾਰਥਨਾ ਦੇ ਲਈ, ਅੱਜ ਦੇ ਵਚਨ ਦੇ ਲਈ ਧੰਨਵਾਦ ਕਰਦੇ ਹਾਂ ਖੁਦਾ ਬਾਪ। ਸ਼ੁਕਰ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ। ਮੈਂ ਸ਼ੈਤਾਨ ਨੂੰ ਝਿੜਕਦਾ ਡਾਂਟਦਾ ਯਿਸੂ ਮਸੀਹ ਦੇ ਨਾਮ 'ਚ, ਇਹਨਾਂ ਜ਼ਿੰਦਗੀਆਂ ਤੋਂ ਦੂਰ ਹੋ ਜਾਵੇ ਖੁਦਾ ਬਾਪ, ਕਿਉਂਕਿ ਬਾਈਬਲ ਕਹਿੰਦਾ ਮੈਂ ਝਿੜਕਾਂਗਾ ਜੋ ਤੁਹਾਡੀ ਆਸ਼ੀਸ਼ ਨੂੰ ਚਰਾਉਂਦਾ, ਯਿਸੂ ਦੇ ਨਾਮ 'ਚ ਮੈਂ ਝਿੜਕਦਾ ਹਾਂ। ਸ਼ੈਤਾਨ ਇਹਨਾਂ ਦੇ ਜ਼ਿੰਦਗੀਆਂ 'ਚੋਂ, ਪਰਿਵਾਰਾਂ 'ਚੋਂ, ਬੱਚਿਆਂ 'ਚੋਂ ਦੂਰ ਭੱਜ ਜਾਵੇ, ਵਿਰਾਨੀਆਂ 'ਚ ਚਲਾ ਜਾਵੇ ਮੇਰੇ ਪ੍ਰਭੂ। ਤੁਹਾਡੇ ਲੋਕ ਫ੍ਰੀ ਰਹਿਣ ਮੇਰੇ ਪ੍ਰਭੂ, ਤੁਹਾਡੀ ਦਇਆ ਦ੍ਰਿਸ਼ਟੀ 'ਚ ਰਹਿਣ ਖੁਦਾ ਬਾਪ। ਧੰਨਵਾਦ ਕਰਦੇ ਸਾਰੀਆਂ ਗੱਲਾਂ ਬਾਤਾਂ ਦੇ ਲਈ। ਕੰਮ 'ਤੇ ਆਉਣ ਜਾਣ ਵਿੱਚ, ਕੰਮ ਕਰਨ 'ਚ ਬੜੀ ਮਦਦ ਔਰ ਸਹਾਇਤਾ ਕੀਤੀ, ਧੰਨਵਾਦ ਕਰਦੇ। ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਪੜ੍ਹਾਈ 'ਚ ਮਦਦ ਔਰ ਸਹਾਇਤਾ ਕਰਨਾ, ਅੱਛੀ ਬੁੱਧੀ ਦੇ ਨਾਲ ਗਿਆਨ ਦੇਣਾ ਮੇਰੇ ਖੁਦਾ ਬਾਪ। ਬੱਚਿਆਂ ਨੂੰ ਮਾਤਾ ਪਿਤਾ ਦੀ ਆਗਿਆਕਾਰੀ ਦੇ ਵਿੱਚ ਬਣਾਉਣਾ, ਔਰ ਮਾਤਾ ਪਿਤਾ ਨੂੰ ਆਪਣੀ ਆਗਿਆਕਾਰੀ ਦੇ ਵਿੱਚ ਬਣਾਉਣਾ ਖੁਦਾ ਬਾਪ, ਤਾਂ ਜੋ ਪੂਰਾ ਪਰਿਵਾਰ ਤੁਹਾਡੀ ਦਇਆ, ਤੁਹਾਡੀ ਆਗਿਆਕਾਰੀ 'ਚ ਬਣਿਆ ਰਹੇ ਔਰ ਤੁਹਾਡੇ ਹਜ਼ੂਰੋਂ ਸੁੱਖ ਦੇ ਦਿਨ ਪਰਿਵਾਰ 'ਚ ਉੱਤਰ ਆਉਣ ਮੇਰੇ ਪ੍ਰਭੂ। ਧੰਨਵਾਦ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ। ਦੁਆ ਨੂੰ ਸੁਣਿਆ ਬਰਕਤ ਦਿੱਤੀ, ਪ੍ਰਭੂ ਯਿਸੂ ਦੇ ਜ਼ਿੰਦਾ ਨਾਮ 'ਚ ਹੋ ਕੇ ਦੁਆ ਨੂੰ ਮੰਗਦੇ ਹਾਂ। ਹਾਲੇਲੂਇਆ। ਇਸ ਰੀਤੀ ਦੇ ਨਾਲ ਆਪਣੀਆਂ ਅੱਖਾਂ ਨੂੰ ਬੰਦ ਰੱਖੀਏ, ਬਰਕਤ ਦੇ ਕਲਮੇ 'ਚ ਚੱਲਦੇ। ਸਾਡੇ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਦੀ ਕਿਰਪਾ ਔਰ ਪਵਿੱਤਰ ਆਤਮਾ ਦੀ ਸੰਗਤ ਸਾਡੇ ਸਾਰਿਆਂ ਦੇ ਨਾਲ, ਪ੍ਰਭੂ ਦੇ ਤਮਾਮ ਮਸੀਹ ਮੁਕੱਦਸ ਲੋਕਾਂ ਦੇ ਨਾਲ, ਹੁਣ ਤੋਂ ਲੈ ਕੇ ਖੁਦਾਵੰਦ ਦੀ ਦੂਸਰੀ ਆਮਦ ਤੱਕ ਹੁੰਦੀ ਰਵੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੇ ਸੱਚਾ ਜ਼ਿੰਦਾ ਤੇ ਸ਼ਕਤੀਸ਼ਾਲੀ ਨਾਮ 'ਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਮਿਲੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਆਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ।